गंदे गंदे कमेंट कर दे मैनू जो कमेंट मैनू आंदे ने तानू कुछ लोग कहंदे ने वी तुसी गए हो कि सचमुच तुसी गए हो ਤਾਂ ਜੇ ਗੱਲ ਕਰਾਂ ਕੱਲ੍ਹ ਨੂੰ ਜੇ ਮੇਰੇ ਘਰ ਧੀ ਹੁੰਦੀ ਆ ਜੇਕਰ ਉਹ ਲੈਸਬੀਅਨ ਵੀ ਹੁੰਦੀ ਆ ਮੈਨੂੰ ਕੋਈ ਚੱਕਰ ਨਹੀਂ ਮੇਰੇ ਘਰ ਕੱਲ੍ਹ ਨੂੰ ਪੁੱਤ ਹੁੰਦਾ ਉਹ ਗੇ ਬਾਇਸੈਕਸ਼ੂਅਲ ਟਰਾਂਸਜੈਂਡਰ ਕੋਈ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਜਦੋਂ ਤੁਸੀਂ ਨੋਵਾ ਸਕੋਸ਼ੀਆ ਸੀ ਤੁਸੀਂ ਦੱਸਿਆ ਕਿ ਤੁਹਾਡੇ 'ਤੇ ਇੱਕ ਕਤਲ ਦਾ ਕੇਸ ਪੈ ਗਿਆ ਹਾਂਜੀ ਮੇਰੇ 'ਤੇ ਇਹ ਕੀ ਸੀ ਨੂੰ ਅਗਲੇ ਦਿਨ ਜਦੋਂ ਮੈਂ ਉੱਠਿਆ ਮੈਨੂੰ ਪੁਲਿਸ ਨੇ ਉਠਾਇਆ ਪੁਲਿਸ ਨੇ ਕੀ ਕੀਤਾ ਪਹਿਲਾਂ ਤਾਂ ਮੇਨ ਗੇਟ ਤੋੜਤਾ ਬਿਕੋਜ਼ ਅੰਦਰੋਂ ਲੋਕ ਸੀ ਬਾਅਦ 'ਚੋਂ ਉਹਨਾਂ ਨੇ ਮੇਰਾ ਗੇਟ ਵੀ ਤੋੜਤਾ ਜਦੋਂ ਗੇਟ ਤੋੜਿਆ ਇੱਕਦਮ ਪਤਾ ਨਹੀਂ ਕਿੱਦਾਂ ਤੋੜਿਆ ਆਵਾਜ਼ ਵੀ ਨਹੀਂ ਆਈ ਕਿ ਟੁੱਟਣ ਦੀ ਜਿੱਦਾਂ ਪਤਾ ਨਹੀਂ ਉਹਨਾਂ ਨੇ ਜਦੋਂ ਕਿਸੇ ਤਰੀਕੇ ਨਾਲ ਖੋਲ੍ਹਿਆ ਹੋਣਾ ਮੈਂ ਆਪਦੇ ਘਰ ਜਾ ਗਿਆਂਗਾ ਨਾਲ ਕੁੜੀਆਂ ਦੇ ਦੇਖਿਆ ਕਿ ਮੇਰੇ ਘਰ ਚੋਰੀ ਹੋ ਗਈ ਮਸਾਂ ਤਾਂ ਪੈਸੇ ਉਹਦੇ ਕਰੋਨਾ ਚੱਲਦਾ ਪਿਆ ਕਿ ਬੰਦਾ ਲੋਕਡਾਊਨ ਦੇ ਵਿੱਚ ਬੈਠਾ ਗਾ ਸਰਕਾਰ ਦਾ CIRB ਤਾਂ ਆ ਰਹੀ CI ਜਿਹੜੀ ਆਉਂਦੀ ਸੀ 2000 ਉਹ 'ਚ ਤਾਂ ਮੈਂ ਗੁਜ਼ਾਰਾ ਕਰਦਾ ਪਿਆ ਉੱਥੋਂ ਮੈਂ ਬੜਾ ਮਤਲਬ ਦੁਖੀ ਜਿਹਾ ਹੋ ਗਿਆ ਕਿ ਯਾਰ ਕੀ ਹੋ ਜਾਂਦਾ ਮੇਰੇ ਨਾਲ ਮੈਂ ਉੱਥੋਂ ਸਮਾਨ ਲੈ ਕੇ ਉਹਨਾਂ ਦੇ ਘਰੇ ਵੱਗ ਗਿਆ ਦੁੱਖ ਪਤਾ ਕਿਹੜੀ ਗੱਲ ਦੀ ਆ ਜਿਹੜਾ ਪੈਸੇ ਮੇਰੇ ਆਪਦੇ ਵੀ ਸੀ ਉਹ ਮੇਰੀ ਭੈਣ ਦੇ ਵਿਆਹ ਵਾਸਤੇ ਸੀ ਕਿਉਂਕਿ ਮੇਰੀ ਭੈਣ ਦਾ ਵਿਆਹ ਧਰਿਆ ਪਿਆ ਸੀ ਅਤੇ ਮੈਂ ਇਮੋਸ਼ਨਲੀ ਬ੍ਰੇਕ ਹੋ ਗਿਆ ਫਾਈਨੈਂਸ਼ਲੀ ਤਾਂ ਹੋਣਾ ਹੀ ਹੋਣਾ ਗਾ ਉਹ ਟਾਈਮ ਆ ਗਿਆ ਸੀ ਜਿਹੜੇ ਟਿਪ ਵਾਲੇ ਪੈਸੇ ਉਹਦੇ ਨਾਲ ਮੈਂ ਬੱਸ 'ਚ ਟਰੈਵਲ ਕਰਨ ਲੱਗ ਗਿਆ ਸੋਚਣਾ 'ਚ ਬਟ ਮੈਂ ਵਾਪਸ ਇੰਡੀਆ ਚਲ ਗਿਆ ਸੀ ਮੈਂ ਸੋਚਿਆ ਸੀ ਮੇਰੇ ਲਈ ਕੈਨੇਡਾ ਨਹੀਂ ਹੈਗਾ ਤੁਹਾਡੀ ਅੱਜ ਮੁਲਾਕਾਤ ਕਰਵਾਉਂਦੇ ਹਾਂ ਮਨਜਿੰਦਰ ਚਾਹਲ ਮਸ਼ਹੂਰ ਟਿਕਟੋਕਰ ਅਤੇ ਇਹਨਾਂ ਦਾ ਜਿਹੜਾ ਉੱਥੇ ਟਿਕਟੋਕ ਹੈਂਡਲ ਹੈਗਾ ਓਨਲੀ ਮਨਜਿੰਦਰ ਮਨਜਿੰਦਰ ਜੀ ਤੁਹਾਡਾ ਅੱਜ ਦੇ ਇਸ ਸਪੈਸ਼ਲ ਕਾਮਯਾਬੀਆਂ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸੋ ਮੱਚ ਕਹਿੰਦੇ ਮੈਨੂੰ ਬੁਲਾਉਣ ਲਈ ਜੀ ਦਿਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਜਿੰਦਰ ਜੀ ਕੁਛ ਆਪਣੇ ਬਾਰੇ ਦੱਸੋ ਕਦੋਂ ਸ਼ੁਰੂ ਕੀਤਾ ਇਹ ਕੈਨੇਡਾ ਦਾ ਸਫ਼ਰ ਪਹਿਲਾਂ ਕਿਉਂ ਸੋਚਿਆ ਕਿ ਕੈਨੇਡਾ ਕਿਉਂ ਆਉਣਾ ਮੇਰਾ ਕੋਈ ਇੱਦਾਂ ਨਹੀਂ ਮੈਂ ਕੈਨੇਡਾ ਕਿਉਂ ਆਇਆ ਉਹਦਾ ਮੇਨ ਰੀਜ਼ਨ ਆਹ ਸੀ ਮੇਰੇ ਜਦੋਂ ਮੈਂ ਇੰਡੀਆ ਦੇ ਵਿੱਚ ਸੀ ਮੈਂ ਨਰਸਰੀ ਤੋਂ ਲੈ ਕੇ 12ਵੀਂ ਤੱਕ ਮੈਂ ਹਰ ਵਾਰ ਕਲਾਸ ਦੇ ਵਿੱਚ ਪੁਜ਼ੀਸ਼ਨ 'ਤੇ ਆਉਂਦਾ ਰਿਹਾਗਾ ਬਟ ਮੇਰਾ ਟੀਚਰ ਬਣਨ ਦਾ ਸ਼ੌਕ ਸੀ ਮੇਰੇ ਡੈਡ ਵੀ ਟੀਚਰ ਨੇ ਇੰਡੀਆ ਦੇ ਵਿੱਚ ਸੋ ਬਟ ਮੈਂ ਇੰਡੀਆ 'ਚ ਆਹ ਦੇਖ ਲਿਆ ਸੀ ਜੇਕਰ ਆਪਾਂ ਟੀਚਰ ਬਣਦੇ ਹਾਂ ਜਿਹੜੇ ਆਪਾਂ ਜਰਨਲ ਕੈਟਾਗਰੀ ਦੇ ਵਿੱਚ ਆਉਂਦੇ ਆਪਾਂ ਨੂੰ ਜੋਬਸ ਨਹੀਂ ਮਿਲਦੀਆਂ ਹੈਗੀਆਂ ਮੈਂ ਉੱਥੇ BSc MSc BEd ਕਰ ਲੈਣੀ ਸੀ ਬਟ ਮੈਂ ਇੱਕ ਉੱਥੇ ਆਈਫੋਨ ਵੀ ਨਹੀਂ ਸੀ ਪਰਚੇਜ ਕਰ ਸਕਣਾ ਬਿਕੋਜ਼ ਉੱਥੇ $10,000 ਮਿਲ ₹10,000 ਮਿਲਦਾ ਮਹੀਨੇ ਦਾ ਅਤੇ ਸਾਲ ਦੀ ਜੇਕਰ ਕੱਢੀਏ 1,20,000 ਬਣਿਆ ਗਾ 1,20,000 'ਚ ਤਾਂ ਆਈਫੋਨ ਵੀ ਨਹੀਂ ਆਉਂਦਾ ਬੰਦਾ ਆਪਣੇ ਡਰੀਮਸ ਹੀ ਨਹੀਂ ਪੂਰੇ ਕਰ ਸਕਦਾ ਘਰ ਦੇ ਖਰਚੇ ਤਾਂ ਕਹਿਣ ਦੀ ਯਾਨੀ ਕਿ ਡ੍ਰੀਮਸ ਖਿੱਚ ਕੇ ਕੈਨੇਡਾ ਡ੍ਰੀਮਸ ਨੇ ਮੈਨੂੰ ਖਿੱਚਿਆ ਸੀ ਅਤੇ ਮੇਰੀ ਡ੍ਰੀਮ ਕੰਟਰੀ ਕੈਨੇਡਾ ਬਣ ਗਈ ਸੀ ਕਿਹੋ ਜਿਹਾ ਲੱਗਿਆ ਕੈਨੇਡਾ ਮੈਨੂੰ ਕੈਨੇਡਾ ਬਹੁਤ ਜ਼ਿਆਦਾ ਵਧੀਆ ਲੱਗਿਆ ਗਾ ਬਹੁਤ ਕੁਛ ਸਿਖਾਇਆ ਗਾ ਕੈਨੇਡਾ ਨੇ ਮੇਰੇ ਹਿਸਾਬ ਨਾਲ ਮੈਂ ਬਣਿਆ ਹੀ ਇਹਦੇ ਵਾਸਤੇ ਸੀ ਮੈਂ ਡਿਜ਼ਰਵ ਕਰਦਾ ਸੀ ਮੈਂ ਡਿਜ਼ਰਵ ਕਰਦਾ ਸੀ ਇੱਥੇ ਆਉਣਾ 2017 ਦੇ ਵਿੱਚ ਕੈਨੇਡਾ ਦਾ ਸਫ਼ਰ ਸ਼ੁਰੂ ਹੋਇਆ ਅਤੇ ਕਿੱਦਾਂ ਰਿਹਾ ਸਟਾਰਟਿੰਗ ਕਿਹੋ ਜਿਹੀ ਸਟਾਰਟਿੰਗ ਮੇਰੀ ਬਹੁਤ ਮਤਲਬ ਇੱਦਾਂ ਸੀ ਜਦੋਂ ਮੇਰੀ ਆਇਲਸ ਮੇਰੀ ਹੋ ਗਈ ਸੀ ਅਪ੍ਰੈਲ ਦੇ ਵਿੱਚ ਮੇਰੀ ਪੜ੍ਹਾਈ ਮੁੱਕੀ 12ਵੀਂ ਦੇ ਵਿੱਚ ਮੈਂ ਉਹਦੇ ਵੀ ਆਇਲਸ ਸਟਾਰਟ ਕਰ ਲਈ ਜਲਦੀ ਵੀਜ਼ਾ ਆ ਗਿਆ ਪਹਿਲੀ ਵਾਰ 'ਚ ਬੈਂਡ ਆ ਗਏ ਮਹੀਨੇ ਕੁ ਦੇ ਵਿੱਚ ਹੀ ਆਪਣੇ ਆਪਾਂ ਇੱਥੇ ਕੈਨੇਡਾ ਪਹੁੰਚ ਗਏ ਬਿਕੋਜ਼ ਉਹ ਟਾਈਮ 'ਚ ਰਾਮ ਰਹੀਮ ਦਾ ਕੇਸ ਕਰਕੇ ਪਹਿਲਾਂ ਹੀ ਘਰ ਦਿਨ ਸੀ ਕਾਨੂੰ ਕਲਾਸਾਂ ਨਾਲ ਡਿਲੇ ਹੋ ਜਾਣ ਸੋ ਉੱਥੇ ਕੋਈ ਮਾਹੌਲ ਖਰਾਬ ਹੋ ਰਿਹਾ ਸੀ ਆਪਣੇ ਟਾਈਮ ਨਾਲ ਇੱਥੇ ਆ ਗਏ ਆ ਕੇ 2-3 ਦਿਨ ਮੈਂ ਬ੍ਰੈਂਪਟਨ ਰਿਹਾ ਮੈਂ ਥੈਂਕ ਯੂ ਕਰਦਾ ਜਿਨ੍ਹਾਂ ਨੇ ਮੈਨੂੰ ਸਾਹਮਣੇ ਆ ਸਾਡੇ ਪਿੰਡ ਦੇ ਪਹਿਲਾਂ ਦੇ ਸਾਡੇ ਜਗਜੀਤ ਅੰਕਲ ਜੱਗੀ ਅੰਕਲ ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਹਾਂ ਸੋ ਉਹਨਾਂ ਨੇ ਮੇਰੀ ਟੇਕ ਕੇਅਰ ਕੀਤੀ ਥੋੜ੍ਹੀ ਮੋਟੀ ਉਹਨਾਂ ਨੂੰ ਦੱਸਿਆ ਕੀ ਇਹ ਕੈਨੇਡਾ ਬਟ ਅਸਲੀ ਪਿਕਚਰ ਕੈਨੇਡਾ ਦੀ ਮੈਨੂੰ ਲੰਡਨ ਓਨਟੈਰੀਓ ਮੈਂ ਰਿਹਾ ਗੋਰਿਆਂ ਦੇ ਸ਼ਹਿਰ ਦੇ ਵਿੱਚ 2 ਸਾਲ ਆਪਾਂ ਉੱਥੇ ਰਹੇ ਹਾਂ 2017-19 ਦੇ ਵਿੱਚ ਸੋ ਪਹਿਲਾਂ ਤਾਂ ਲੱਗਿਆ ਕਿ ਆਹ ਕੀ ਹੋ ਗਿਆ ਮੈਂ ਜਦੋਂ ਬੇਸਮੈਂਟ 'ਚ ਗਿਆ ਨਾ ਮੈਂ ਕਿਹਾ ਯਾਰ ਖੱਲ ਜਿਹੀ 'ਚ ਰਹਿਣਾ ਪੈਣਾ ਗਾ ਮੈਂ ਕਿਵੇਂ ਰਹੂੰਗਾ ਇਸ ਤੋਂ ਬਾਅਦ ਦੀ ਗੱਲ ਆ ਕਿ ਸਾਡਾ ਕੋਈ ਵੀ ਨਹੀਂ ਕੈਨੇਡਾ ਹੋਇਆ ਮੈਂ ਪਹਿਲਾਂ ਗਾ ਆਪਦੀ ਫੈਮਿਲੀ ਦੇ ਵਿੱਚ ਚਾਹੇ ਨਾਨਕੇ ਲਾ ਲਓ ਚਾਹੇ ਦਾਦਕੇ ਲਾ ਲਓ ਸੋ ਸੂਟਕੇਸ ਦੇ ਉੱਤੇ ਉਹ ਰੱਸੀਆਂ ਮੰਨੀਆਂ ਹੋਈਆਂ ਸੀ ਮੇਰੇ ਦਿਮਾਗ 'ਚ ਇੱਦਾਂ ਸੀ ਕਿਤੇ ਉਹ ਰੱਸੀਆਂ ਤਾਂ ਨੇ ਕਿ ਮੈਂ ਉੱਥੇ ਆ ਕੇ ਤਾਰ ਲਾ ਕੇ ਉੱਥੇ ਕੱਪੜੇ ਸੁੱਕਣੇ ਪਾਇਆ ਕਰੂੰਗਾ ਡਰਾਇਰ ਸੁਣਿਆ ਹੀ ਨਹੀਂ ਸੀ ਹੈਗਾ ਕੀ ਹੁੰਦਾ ਗਾ ਨਾ ਕਦੇ ਵਰਤਿਆ ਸੀ ਮੈਨੂੰ ਤਾਂ ਮਾਈਕ੍ਰੋਵੇਵ ਨਹੀਂ ਸੀ ਵਰਤਣਾ ਆਉਂਦਾ ਹੈਗਾ ਮਤਲਬ ਉਹ ਘਰਾਂ 'ਚੋਂ ਆਏ ਹੋਏ ਆ ਵਧੀਆ ਅਰਨ ਕਰਦੇ ਸੀ ਬਟ ਮਤਲਬ ਪਿੰਡਾਂ ਦੇ ਵਿੱਚ ਜਿੱਦਾਂ ਆਹ ਚੀਜ਼ਾਂ ਨਹੀਂ ਆਪਾਂ ਦੇਖੀਆਂ ਹੁੰਦੀਆਂ ਉੱਦਾਂ ਆਏ ਸੀ ਆ ਕੇ ਜਿਹੜੀ ਮੇਰੀ ਪਹਿਲੀ ਜੋਬ ਸੀ ਉਹ ਹੈਗੀ ਸੀ ਬਡਵਾਈਜ਼ਰ ਗਾਰਡਨ ਸੀ ਇੱਕ ਸਟੇਡੀਅਮ ਸੀ ਉੱਥੇ ਕਲੀਨਿੰਗ ਦੀ ਜੋਬ ਸੀ ਬਟ ਮੈਂ ਘਰ ਤੋਂ ਨਹੀਂ ਦੱਸਿਆ ਹੈਗਾ ਅੱਜ ਤੱਕ ਮੈਂ ਪਹਿਲਾਂ ਕਲੀਨਰ ਦੀ ਜੋਬ ਕਰੀ ਆ ਬਟ ਹੋਰ ਵੀ ਬਹੁਤ ਜੋਬਾਂ ਕਰੀ ਨਾ ਮੈਂ ਇੱਕ ਜੋਬ ਨਾਲ ਨਹੀਂ ਕਦੇ ਸੀਮਤ ਰਿਹਾ ਪੜ੍ਹਾਈ ਵੀ ਕਰਦਾ ਸੀ ਬਟ ਉਹਦੇ 'ਚ ਇੱਕ ਔਖਾ ਟਾਈਮ ਆਹਾ ਸੀ ਮੇਰਾ ਕਿ ਜਦੋਂ ਸਾਡੇ ਕਾਲਜ 'ਚ ਬੱਸ ਸਰਵਿਸ ਫ੍ਰੀ ਸੀ ਲੰਡਨ ਦੇ ਵਿੱਚ ਫੈਸ਼ਨ ਕਾਲਜ ਵੱਲੋਂ ਸੋ ਜਾਂਦਾ ਮੈਂ ਬੱਸ 'ਤੇ ਹੁੰਦਾ ਸੀ ਬਡਵਾਈਜ਼ਰ ਗਾਰਡਨ ਉੱਥੇ ਕਲੀਨਿੰਗ ਦਾ ਕੰਮ ਕਰਨ ਬਟ ਰਾਤ ਨੂੰ ਜਦੋਂ ਮੈਂ ਆਉਣਾ ਹੁੰਦਾ ਸੀ
ਉਦੋਂ ਫਿਰ ਮੈਂ ਤੁਰ ਕੇ ਆਉਂਦਾ ਸੀ ਬਿਕੋਜ਼ ਬੱਸ ਸਰਵਿਸ 12 ਵਜੇ। ਕਲੀਨਿੰਗ 'ਚ ਕੀ ਕਲੀਨ ਕਰਦੇ ਸੀ? ਕਲੀਨਿੰਗ ਦੇ ਵਿੱਚ ਨਾ ਮਤਲਬ ਕਾਫੀ ਵੱਡਾ ਅਰੀਨਾ ਸੀ, ਸਟੇਡੀਅਮ ਸੀ, ਸਟੇਡੀਅਮ ਟਾਈਪ ਹੈ, ਆਈਸ ਹਾਕੀ ਦੇ ਮੈਚ ਹੁੰਦੇ ਸੀ ਉੱਥੇ। ਦੋ ਬੈਗ ਹੁੰਦੇ ਸੀ, ਇੱਕ ਕਾਲਾ ਬੈਗ ਇੱਕ ਵਾਈਟ ਬੈਗ। ਕਾਲੇ ਬੈਗ 'ਚ ਲੋਕਾਂ ਦਾ ਫੂਡ ਚੱਕਣਾ ਹੁੰਦਾ ਸੀ ਅਤੇ ਜਿਹੜਾ ਉਹ ਸੀ ਵਾਈਟ ਬੈਗ ਉਹਦੇ 'ਚ ਕੇਨਾ ਹੁੰਦੀਆਂ ਸੀ, ਜਿਵੇਂ ਕਿਸੇ ਦੀ ਕੋਈ ਬੀਅਰ ਛੱਡੀ ਹੋਈ ਉਸ ਚੀਜ਼ ਘਰ ਚੱਕਣੀ ਹੁੰਦੀ ਸੀ ਅਤੇ ਬਾਅਦ 'ਚ ਉਹਨੂੰ ਚੱਕ ਕੇ ਥੱਲੇ ਸਿੱਟਣੇ। ਬਾਅਦ 'ਚ ਉੱਥੇ ਜਿਹੜੀਆਂ ਕੁੜੀਆਂ ਕੰਮ ਕਰਦੇ ਸੀ ਉੱਥੇ ਨਾ ਝਾੜੂ ਲਾ ਦਿੰਦੀਆਂ ਸੀ, ਅਸੀਂ ਪੋਚੇ ਲਾ ਦਿੰਦੇ ਹੁੰਦੇ ਸੀ। ਕਦੇ ਇੰਡੀਆ 'ਚ ਆਉਣ ਤੋਂ ਪਹਿਲਾਂ ਸੋਚਿਆ ਸੀ ਵੀ ਇਹ ਝਾੜੂ ਪੋਚਾ? ਕਦੇ ਕੈਨੇਡਾ ਦੇ ਵਿੱਚ ਸੁਪਨਾ, ਕਦੇ ਘਰਦਿਆਂ ਨੇ ਕਰਨ ਹੀ ਨਹੀਂ ਦਿੱਤਾ ਹੈਗਾ, ਪਾਣੀ ਵੀ ਕਰਨੀ ਕਦੇ ਖੁਦ ਚੱਕ ਕੇ ਪੀਤਾ ਸੀ। ਮੇਰੇ ਯਾਦ ਆ ਇੰਡੀਆ 'ਚ ਤਾਂ ਮੈਨੂੰ ਇਕੱਲੀ ਮੈਗੀ ਬਣਾਉਣੀ ਆਉਂਦੀ ਸੀ, ਉਹ ਵੀ ਤਾਂ ਬਣਦੀ ਸੀ ਕਿਉਂਕਿ ਮੰਮੀ ਜਿਸ ਦਿਨ ਕਿਤੇ ਗਏ ਹੁੰਦੇ ਸੀ ਲੋਕ ਕੇ ਰਸੋਈ 'ਚ ਜਾ ਕੇ ਮੈਗੀ ਬਣਾਉਣਾ, ਨਹੀਂ ਘਰਦੇ ਕਹਿੰਦੇ ਸੀ ਸਾਨੂੰ ਦੱਸ ਅਸੀਂ ਬਣਾ ਦਿੰਦੇ ਹਾਂ। ਸੋ ਬਟ ਸੋ ਮਤਲਬ ਲਾਡਾ ਨਾ ਚਾਲੇ ਜਿਹੜੇ ਪਾਲੇ ਪੁੱਤਰ ਨੇ ਜਦੋਂ ਕੈਨੇਡਾ ਪਹੁੰਚਦੇ ਆ ਤਾਂ ਉਹਨਾਂ ਨੂੰ ਅਸਲ ਸੱਚਾਈ ਜਿਹੜੀ ਹੈ ਉਹ ਏ ਕਿ ਝਾੜੂ ਵੀ ਹੈ, ਪੋਚਾ ਵੀ ਹੈ, ਟੋਇਲਟਾਂ ਵੀ ਸਾਫ਼ ਹੋਣੀਆਂ, ਸਾਰਾ ਕੁਛ ਉਹ ਵੀ ਕੀਤਾ ਮੈਨੇ। ਉਹਦਾ ਪਾਰਟ ਆਫ ਜਰਨੀ ਸੀ, ਨਾਲ ਨਾਲ ਬੇਕਰੀਆਂ 'ਚ ਵੀ ਕੰਮ ਕੀਤਾ ਗਾ। ਲੋਕ ਕਹਿੰਦੇ ਨੇ ਕਿ ਸ਼ਹਿਰਾਂ 'ਚ ਕੰਮ ਨਹੀਂ। ਮੇਰੇ ਯਾਦ ਆ ਮੇਰਾ ਮੈਡੀਕਲ ਜਦੋਂ ਹੋਣਾ ਸੀ ਨਾ ਮਤਲਬ ਉੱਥੇ ਇੰਡੀਆ ਆਉਣ ਤੋਂ ਪਹਿਲਾਂ, ਮੈਨੂੰ ਉੱਥੇ ਹੀ ਕਿਸੇ ਨੇ ਕਹਿਤਾ ਤੂੰ ਲੰਡਨ ਨਾ ਜਾ, ਉੱਥੇ ਕੰਮ ਨਹੀਂ ਹੈਗਾ। ਮੈਂ ਕਿਹਾ ਕੋਈ ਨਾ, ਮੈਂ ਨਾਲ ਦੇ ਸ਼ਹਿਰ 'ਚ ਪਾ ਜਾ ਕਰੂੰ। ਉਹੀ ਗੱਲ ਹੋਈ ਮੇਰੇ ਪਹਿਲਾਂ ਤੋਂ ਦਿਮਾਗ 'ਚ ਚੱਲਦਾ ਹੈ, ਮੈਨੂੰ ਪਤਾ ਲੱਗਾ ਇੱਥੇ ਰਾਈਡਾਂ ਹੁੰਦੀਆਂ ਨੇ। ਮੈਂ ਰਾਈਡ ਲੈ ਕੇ ਮੈਂ ਹੈਮਿਲਟਨ ਕੰਮ ਕਰਨ ਜਾਂਦਾ ਹੁੰਦਾ ਸੀ ਲੰਡਨ ਤੋਂ, ਅਤੇ ਮੈਨੂੰ ਕਈ ਕਹਿੰਦੇ ਤੈਨੂੰ ਬਚਦਾ ਕੀ ਆ, ਮੈਨੂੰ $25-30 ਰਾਈਡ ਦੇ ਲੱਗ ਜਾਂਦੇ ਸੀ। ਉਹ ਟਾਈਮ 'ਚ ਤਾਂ ਪੇਰੇਟ 11-40 ਹੁੰਦਾ ਸੀ, 2017-18 'ਚ ਪੇਰੇਟ 14-14 ਹੋਏ ਨੇ, ਅਤੇ ਕਰ ਕਰਾ ਕੇ ਮੈਨੂੰ $40-50 ਬਚਦੇ ਹੁੰਦੇ ਸੀ 8-8 ਘੰਟੇ ਕੰਮ ਕਰਕੇ। ਮੈਨੂੰ $50 ਦੇ ਚਾਹ ਚੜ ਜਾਂਦਾ ਸੀ, ਚੱਲ 50 ਤਾਂ ਬਣੇ ਵਿਹਲੇ ਨਾਲ, ਕੁਛ ਤਾਂ ਸਹੀ ਕੁਛ ਤਾਂ ਹੈਗਾ ਗਾ। ਆਏ ਨਹੀਂ ਸੀ ਕਿ ਘਰਦਿਆਂ ਨੇ ਕਦੇ ਕਿਹਾ ਸੀ ਤੂੰ ਕੰਮ। ਅਸਲੀ ਸਟਰਗਲ ਜਦੋਂ ਕਿੱਥੋਂ ਸ਼ੁਰੂ ਹੋਇਆ? ਠੀਕ ਹੈ ਜੋਬ ਕੀਤੀ, ਸਾਰਿਆਂ ਨੂੰ ਕਰਨੀ ਪੈਂਦੀ ਹੈ, ਮਿਹਨਤ ਤਾਂ ਕਰਨੀ ਪੈਂਦੀ ਹੈ। ਅਸਲੀ ਸਟਰਗਲ ਮੇਰਾ ਸਟਾਰਟ ਹੋਇਆ ਗਾ, ਮੇਰੀ ਪੜ੍ਹਾਈ ਵੀ ਹੋ ਗਈ। ਮੈਂ ਇਸ ਤੋਂ ਬਾਅਦ ਇੰਡੀਆ ਵੀ ਜਾਇਆ ਸੀ 2018 ਦੇ ਵਿੱਚ, 19 'ਚ ਗ੍ਰੈਜੂਏਸ਼ਨ ਵਾਲੇ। ਮੇਰੇ ਮੰਮਾ ਵੀ ਮੇਰੀ ਕਨਵੋਕੇਸ਼ਨ 'ਤੇ ਆ ਗਏ, ਹਰ ਇੱਕ ਨੂੰ ਹੁੰਦਾ ਆਪਣੇ ਮਾਂ ਪਿਓ ਨੂੰ ਸੱਦੀਏ, ਮੰਮੀ ਡੈਡੀ ਦਾ ਮੇਰੇ ਦਾ ਆਲਰੇਡੀ ਵੀਜ਼ਾ ਮੈਂ ਲਵਾ ਲਏ ਇਸ ਟਾਈਮ ਸਿਰ। 19 'ਚ ਮੇਰੀ ਸਟਰਗਲ ਸਭ ਤੋਂ ਗੰਦੇ ਵਾਲੀ ਸਟਾਰਟ ਹੋਈ ਆ, ਮਤਲਬ ਸਟੱਡੀ 'ਤੇ ਮੈਂ ਇੰਨਾ ਕੁ ਜ਼ਿਆਦਾ ਪੈਸਾ ਬਣਾ ਸੀ, ਮੇਰੀ ਲਾਈਫ ਵਧੀਆ ਚੱਲਦੀ ਸੀ। 19 ਦੇ ਵਿੱਚ ਇੱਕ ਬਹੁਤ ਮਸ਼ਹੂਰ ਉਹ ਟਿਕਟੋਕ 'ਤੇ ਵੀ ਨੇ, ਕੋਈ ਆਟੋ ਵਾਲੇ ਨੇ ਇੱਥੇ ਬਰੈਂਪਟਨ ਦੇ ਵਿੱਚ ਹੀ, ਉਹਨਾਂ ਨੇ ਮੇਰੇ ਨਾਲ ਫਰੋਡ ਕੀਤਾ। ਮੇਰਾ ਕੋਈ ਫਰੋਡ ਕੀਤਾ ਉਹਨਾਂ ਨੇ ਕੀ ਕੀਤਾ ਨਾ, ਮੈਂ ਕਿਸੇ ਮੇਰੇ ਫਰੈਂਡ ਨੇ ਕਿਹਾ ਮੇਰਾ ਕੋਸਾਈਨਰ ਬਣ ਜਾ, ਮੈਨੂੰ ਕੋਈ ਨੌਲੇਜ ਨਹੀਂ ਸੀ ਹੁੰਦੀ ਗੱਡੀਆਂ ਦੀ। ਸੋ ਮੈਂ ਉਹਦੇ ਨਾਲ ਚੱਲ ਗਿਆ, ਉਹਨੇ ਮੈਥੋਂ ਇੱਕ ਸਾਈਨ ਕਰਵਾਏ ਸੀ, ਮੈਨੂੰ ਨਹੀਂ ਪਤਾ ਬਾਕੀ ਦੇ ਸਾਈਨ, ਮੇਰੇ ਕੋਲ ਡਾਕੂਮੈਂਟ ਵੀ ਪਏ ਨੇ, ਉਹ ਮੇਰੇ ਸਿਗਨੇਚਰ ਵੀ ਨਹੀਂ ਹੈਗੇ। ਪਤਾ ਨਹੀਂ ਕਿੱਦਾਂ ਉਹਨਾਂ ਨੇ ਉਹ ਗੱਡੀ ਮੇਰੇ ਨਾਂ ਕਰਾਤੀ, ਕੋਈ ਰੈਂਗਲਰ ਨਾਂ ਦੀ ਗੱਡੀ ਸੀ, 35-40 ਹਜ਼ਾਰ ਦੀ ਉਹਦੀ ਕੀਮਤ ਹੋਣੀ ਆ, 67,000 'ਚ ਉਹਨਾਂ ਨੇ ਵੇਚਤੀ ਵਿਦ 11% ਇੰਟਰਸਟ ਲਾ ਕੇ 99,000-99 ਦੇ ਕੋਲ ਮੇਰੇ 'ਤੇ ਲੋਨ ਕਰਾਤਾ ਉਹਨਾਂ ਨੇ। ਮੈਂ ਤਾਂ ਅੱਜ ਤੱਕ ਨਹੀਂ ਸਮਝ ਲੱਗਿਆ ਕਿਵੇਂ ਬੈਂਕ ਇੱਥੇ ਸਟੱਡੀ ਵਾਲਿਆਂ ਨੂੰ ਮੈਨੂੰ ਲੋਨ ਦੇ ਦਿੰਦੀ ਆ, ਕਿ ਉਹਨਾਂ ਨੇ ਮੇਰੀ ਵਿਦਆਊਟ ਪ੍ਰੈਜੈਂਸ ਕਿੱਦਾਂ ਮੇਰੀ ਇੰਸ਼ੋਰੈਂਸ ਕਰਾਤੀ ਆ, ਫਰੋਡ ਕਿਵੇਂ ਹੁੰਦੇ ਨੇ। ਮੇਰੇ ਨਾਲ ਤਾਂ ਹੋ ਗਿਆ ਸੀ, ਅਤੇ ਮੈਂ ਇਮੋਸ਼ਨਲੀ ਬ੍ਰੇਕ ਹੋ ਗਿਆ, ਫਾਈਨੈਂਸ਼ਲੀ ਤਾਂ ਹੋਣਾ ਹੀ ਹੋਣਾ ਗਾ। ਉਹ ਟਾਈਮ ਆ ਗਿਆ ਸੀ ਜਿਹੜੇ ਟਿਪ ਵਾਲੇ ਪੈਸੇ, ਉਹਦੇ ਨਾਲ ਮੈਂ ਬੱਸ 'ਚ ਟਰੈਵਲ ਕਰਨ ਲੱਗ ਗਿਆ ਸੀ ਉਹਦੇ ਨਾਲ 'ਚ, ਬਟ ਮੈਂ ਵਾਪਸ ਇੰਡੀਆ ਚਲ ਗਿਆ ਸੀ। ਮੈਂ ਸੋਚਿਆ ਸੀ ਮੇਰੇ ਲਈ ਕੈਨੇਡਾ ਨਹੀਂ ਹੈਗਾ, ਇੱਕ ਟਾਈਮ ਉਹ ਲੱਗਿਆ, ਬਟ ਮੈਂ ਦੇਖਿਆ ਕਿ ਮੇਰਾ ਔਖਾ ਟਾਈਮ ਤਾਂ ਲੰਘ ਗਿਆ ਮਨਜਿੰਦਰ, ਸਟੱਡੀ ਤਾਂ ਹੋ ਗਈ, ਹੁਣ ਤਾਂ ਵਰਕ ਪਰਮਿਟ 'ਤੇ ਨਾ ਆਪਾਂ PR ਲੈ ਕੇ, ਹੁਣ ਨਹੀਂ ਮੈਂ ਵਾਪਸ ਆ ਗਿਆ। ਮੇਰੇ ਪਿੰਡ ਦੇ ਲੋਕਾਂ ਨੇ ਗੱਲਾਂ ਡਾਤੀਆਂ ਸੀ ਆ ਮੁੰਡਾ ਡਿਪੋਰਟ ਹੋ ਗਿਆ ਤਾਂ ਵਾਪਸ ਆ ਗਿਆ, ਕਿਉਂਕਿ ਇੱਥੋਂ ਜਿਹੜੇ ਇੱਥੇ ਵਾਲੇ ਹੁੰਦੇ ਨਾ ਕੁਝ ਚੰਗੇ ਜਿਹੜੇ ਬਣਦੇ ਨੇ ਉਹ ਉੱਥੇ ਕੁਛ ਹੋਰ ਸਪਰੈਡ ਕਰਦੇ ਸੀ, ਮੇਰੇ ਮੂੰਹ 'ਤੇ ਕੁਛ ਹੋਰ ਸੀ ਕੁਛ ਹੋਰ ਸੀ। ਅਤੇ ਬਟ ਜਿੰਨਾ ਮੇਰਾ ਫਰੈਂਡ ਸਰਕਲ ਸੀ ਜਿਹੜਾ ਇੱਥੇ ਵਾਲਾ ਸਟੱਡੀ ਟਾਈਮ ਵਾਲਾ, ਉਹ 'ਚ ਤਕਰੀਬਨ 2-4 ਕਿ ਨੂੰ ਛੱਡ ਕੇ ਸਾਰਿਆਂ ਨੇ ਮੇਰੀ ਬੈਕ ਬੈਟਿੰਗ ਕਰਤੀ, ਮਨਜਿੰਦਰ ਇੱਦਾਂ ਇੱਦਾਂ। ਉਹਨਾਂ ਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਗਾ। ਮੇਰੇ ਬਾਅਦ 'ਚ ਕਰੋਨਾ ਆ ਗਿਆ, ਕੋਵਿਡ ਟਾਈਮ 2020, ਉਹ ਟਾਈਮ ਦੇ ਵਿੱਚ ਆਪਾਂ ਨੇ ਤਾਂ ਕੇਸ ਲਾਤਾ ਸੀ, ਆਪਾਂ ਬੈਂਕਾਂ ਨੂੰ ਕਿਹਾ ਸੀ ਆਹ ਤੁਹਾਡੀ ਗੱਡੀ ਖੜੀ ਇਹਨੂੰ ਲੈ ਜਾਓ, ਆਪਾਂ ਨੂੰ ਨਹੀਂ ਪਤਾ। ਇੱਕੋ ਜਿਹਾ ਸਟਰਗਲ ਦਾ ਪੀਰੀਅਡ ਹੋਰ ਆ ਗਿਆ, ਜਿਹੜੀ ਆਪਣੀ ਜੋਬ ਕਰਦੇ ਪਿਆ ਸੀ ਮੈਂ ਜਿੱਥੇ, ਕਰੋਨਾ ਦੇ ਬਾਅਦ 'ਚ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਜੋਬ ਲੈਟਰ ਦੇ ਦਿਉ, ਕਿ ਮੇਰੇ ਕੋਲ 7 ਮਹੀਨੇ ਦਾ ਐਕਸਪੀਰੀਅੰਸ ਜਿਹੜਾ ਮੇਰਾ ਹੈਗਾ, ਕਿ ਮੈਂ ਬਾਕੀ 5 ਮਹੀਨੇ ਮੈਂ ਨੋਵਾ ਸਕੋਸ਼ੀਆ ਚੱਲ ਗਿਆ ਸੀ PR ਲਈ, ਕਿਉਂਕਿ ਇੱਥੇ ਕੇਸ ਬਹੁਤ ਸੀ ਕਰੋਨਾ ਦੇ, ਕਿ ਮੈਂ 5 ਮਹੀਨੇ ਹੋਰ ਕੰਮ ਕਰਕੇ ਮੈਂ ਉਹਦੀ PR ਦੀ ਫਾਈਲ ਲਾ ਦੂੰ। ਬਟ ਉਹਨਾਂ ਨੇ ਵੀ ਮੈਨੂੰ ਜੋਬ ਲੈਟਰ ਨਹੀਂ ਦਿੱਤੀ ਹੈਗੀ। ਮੈਂ ਬਹੁਤ ਹਾੜੇ ਕੱਢੇ ਨੇ, ਮੈਂ ਕਾਲ ਨਾ ਵੀ ਕੀਤੀ, ਉਹਨਾਂ ਨੇ ਕਾਲ ਨਹੀਂ ਚੱਕੀ, ਜੇ ਚੱਕੀ ਵੀ ਉਹ ਤੋਂ ਵਧੀਆ ਨਹੀਂ ਬੋਲਿਆ ਹੈਗਾ ਮੈਨੂੰ। ਅਤੇ ਮੈਂ ਫਿਰ ਸੋਚ ਲਿਆ ਸੀ, ਮੈਂ ਚੱਲ ਕੋਈ ਨਾ ਆਪਾਂ ਹੀ ਸਮਝਦੇ ਹਾਂ ਕਿ ਮੈਂ ਕੈਨੇਡਾ ਆਈ ਅੱਜ। ਮਤਲਬ 7 ਮਹੀਨੇ ਜੋਬ ਕਰਕੇ ਅਤੇ ਤੁਹਾਨੂੰ ਲਿਖ ਕੇ ਨਹੀਂ ਦਿੱਤਾ ਕਿ ਜੋਬ ਕੀਤੀ ਹੈ? ਦਿੱਤਾ ਨਹੀਂ ਹੈਗਾ। ਜੇ ਮੈਨੂੰ ਦਿੱਤਾ ਹੁੰਦਾ ਨਾ ਮੈਂ ਟਾਈਮ ਨਾਲ PR ਹੋ ਜਾਣਾ ਸੀ। ਫਿਰ ਕੀ ਹੋਇਆ, 0 ਤੋਂ ਸਟਾਰਟਿੰਗ ਕੀਤੀ ਮੈਂ, ਜਦੋਂ ਨੋਵਾ ਸਕੋਸ਼ੀਆ ਗਿਆ ਉੱਥੇ ਮੈਨੇ ਜੋਬਸ ਅਪਲਾਈ ਕਰੀਆਂ,
ਉੱਥੇ ਮੈਂ 7 ਦਿਨ ਕੰਮ ਕੀਤਾ। ਤੁਸੀਂ ਪੂਰੀ ਅਜੇ ਪਾਣੀ ਸ਼ੁਰੂਆਤ ਹੀ ਕੀਤੀ ਤੁਹਾਡੀ ਲਾਈਫ ਦੀ ਜਿਹੜੀ ਕੈਨੇਡਾ ਦੀ, 3 ਵਾਰ ਜ਼ੀਰੋ ਤੋਂ ਸਟਾਰਟ ਹੋ ਚੁੱਕੇ ਹੋ। ਮੈਂ ਤਾਂ 36 ਵਾਰ ਹੋਇਆਗਾ ਜ਼ੀਰੋ ਤੋਂ ਸਟਾਰਟ, ਮੈਂ ਤਾਂ ਮਾਈਨਸ 'ਚ ਆਇਆ ਹੋਇਆਗਾ ਜ਼ੀਰੋ ਤਾਂ, ਫਿਰ ਦਵਾ ਤਾਂ ਪਿੱਛੇ ਨੂੰ ਪਹੁੰਚਣਾ ਜ਼ੀਰੋ ਤੋਂ ਸਟਾਰਟ। ਜ਼ੀਰੋ ਨਹੀਂ, ਮੈਂ ਤਾਂ ਮਾਈਨਸ ਵਾਲਾ ਬੰਦਾ ਗਾ, ਮੈਂ ਤਾਂ ਮਾਈਨਸ ਤੋਂ ਜ਼ੀਰੋ ਹੋਣ ਲਈ ਬੜੀ ਕੋਸ਼ਿਸ਼ ਕਰਦਾ ਰਿਹਾ ਕਿ ਜ਼ੀਰੋ ਐਟਲੀਸਟ ਲੋਕਾਂ ਦੇ ਲੈਣੇ ਦੇਣੇ ਲਾ ਦਾਂ, ਜ਼ੀਰੋ ਹੋ ਜਾਵੇ ਫਿਰ ਜ਼ੀਰੋ ਹੋ ਜਾਏ, ਜ਼ੀਰੋ ਉੱਤੇ ਤਾਂ ਮੈਂ ਬਹੁਤ ਖੁਸ਼ ਹਾਂ, ਮੈਂ ਤਾਂ ਮਾਈਨਸ ਵਾਲਾ ਰਿਹਾ, ਮਾਈਨਸ 'ਚ ਰਹਿ, ਮੈਂ ਤਾਂ ਮਾਈਨਸ 'ਚ ਰਹਾਂਗਾ। ਫਿਰ 99,000 ਮਾਈਨਸ 'ਚ ਸੀ ਜਦੋਂ ਬੈਂਕ ਨੇ ਜਾਂ ਕਿਸੇ ਨੇ ਫਰੋਡ ਕਰਕੇ ਤੁਹਾਡੇ ਸਿਰ ਪਾਤਾ। ਦੈਨ ਨੋਵਾ ਸਕੋਸ਼ੀਆ ਤੋਂ ਜਦੋਂ ਉੱਥੇ ਕੰਮ ਕੀਤਾ, ਇੱਕ ਮੈਕਸੀਕਨ ਰੈਸਟੋਰੈਂਟ ਦੇ ਵਿੱਚ ਬੁਰੀਟੋਜ਼ ਬਣਾਏ ਨੇ, ਲੋਕਲ ਲੋਕ ਟੈਟੂ ਬਣਵਾਉਂਦੇ ਨੇ, ਮੇਰੇ ਤਾਂ ਨਾ ਦਾਗ ਹੀ ਪੈ ਜਾਂਦੇ ਸੀ ਗ੍ਰਿਲ ਦੇ, ਬਟ ਕਦੇ ਸ਼ੋਅ ਨਹੀਂ ਸੀ ਕੀਤਾ ਘਰ ਤੋਂ ਕਿ ਆਹ ਟਾਈਮ ਵੀ ਚੱਲਦਾ ਪਿਆ ਹੈਗਾ। ਅਤੇ ਨਾਲ ਨਾਲ ਦੋ ਬੁੱਧਵਾਰ ਅਤੇ ਬੁੱਧਵਾਰ ਅਤੇ ਐਤਵਾਰ ਨੂੰ ਮੈਂ ਇੱਕ ਮਾਸਟਰ ਮਾਈਂਡ ਟੋਇਜ਼ ਨਾਂ ਦੇ ਉੱਥੇ ਰੈਪਿੰਗ ਦਾ ਕੰਮ ਕਰਦਾ ਸੀ, ਸੇਲਜ਼ ਐਸੋਸੀਏਟ ਰਿਹਾ ਮੈਂ ਉੱਥੇ, ਨਾਲ ਨਾਲ ਰੈਸਟੋਰੈਂਟ ਦੇ ਵਿੱਚ ਆਪਾਂ ਮੈਨੇਜਰ ਰਹੇ। ਉੱਥੋਂ ਪੀ ਆਰ ਆ ਗਈ ਮੇਰੀ, ਸੋ ਪੀ ਆਰ ਤੋਂ ਬਾਅਦ 'ਚੋਂ ਆਪਾਂ ਪੀ ਆਰ ਤੋਂ ਪਹਿਲਾਂ ਹੀ ਜਦੋਂ ਮੇਰਾ ਐਪਲੀਕੇਸ਼ਨ ਨੰਬਰ ਆ ਗਿਆ ਸੀ ਪੀ ਆਰ ਦਾ, ਮੈਂ ਮੂਵ ਹੋ ਗਿਆ ਸੀ ਓਨਟੈਰੀਓ। ਫਿਰ ਆਪਾਂ ਆ ਕੇ ਮੈਂ ਪਹਿਲਾਂ ਡ੍ਰੀਮ ਲੈ ਲਿਆ ਸੀ ਮੈਂ ਕੀ ਕਰਨਾ, ਮੈਨੂੰ ਪਤਾ ਲੱਗ ਗਿਆ ਸੀ ਕਿਸੇ ਅਪੋਰਚੁਨਿਟੀ ਬਾਰੇ। ਫਿਰ ਮੈਂ ਫਾਈਨੈਂਸ਼ੀਅਲ ਇੰਡਸਟਰੀ 'ਚ ਕੰਮ ਸਟਾਰਟ ਕੀਤਾ। ਉਹਦਾ ਰੀਜ਼ਨ ਕੀ ਸੀ? ਬਿਕੋਜ਼ ਕਰੋਨਾ ਟਾਈਮ 'ਚ ਮੈਂ ਟਿਕਟੋਕ ਚਲਾਉਣ ਲੱਗ ਗਿਆ, ਪਹਿਲਾਂ ਯੂਜ਼ਰ ਸੀ ਦੈਨ ਟਿਕਟੋਕਰ ਬਣ ਗਿਆ। ਟਿਕਟੋਕਰ ਵੀ ਕੀ, ਓਨਲੀ ਮਨਜਿੰਦਰ ਹੁਣ, ਥੈਂਕ ਯੂ ਵੈਰੀ ਮੱਚ ਜਿਹੜੇ ਮੈਨੂੰ ਇੰਨਾ ਸਪੋਰਟ ਕਰਦੇ, ਇੰਨਾ ਪਿਆਰ ਕਰਦੇ ਨੇ, ਗਲਤ ਵੀ ਬਹੁਤ ਬੋਲਦੇ ਨੇ ਮੈਨੂੰ। ਗਲਤ ਬੋਲਣ ਵਾਲੇ ਗੱਲ ਕੁਛ ਨਹੀਂ, ਗਲਤ ਬੋਲਣ ਵਾਲੇ ਬਹੁਤ ਗੰਦੇ ਗੰਦੇ ਕਮੈਂਟ ਕਰਦੇ ਨੇ ਮੈਨੂੰ, ਜੋ ਕਮੈਂਟ ਮੈਨੂੰ ਆਉਂਦੇ ਨੇ। ਤੁਹਾਨੂੰ ਕੁਛ ਲੋਕ ਕਹਿੰਦੇ ਨੇ ਤੁਸੀਂ ਗਏ ਹੋ ਕਿ ਸੱਚਮੁੱਚ ਤੁਸੀਂ ਗਏ ਹੋ? ਨਹੀਂ ਮੈਂ ਗਏ, ਆਪਦੇ ਆਪ ਨੂੰ ਨਹੀਂ ਮੰਨਦਾ ਹੈਗਾ। ਕਈ ਲੋਕ ਮੈਨੂੰ ਖੁਸਰਾ ਵੀ ਕਹਿ ਲੈਂਦੇ ਨੇ, ਪਰ ਮੈਨੂੰ ਤਾਂ ਇਹੋ ਜਿਹੇ ਵਰਡ ਕਹਿੰਦੇ ਨੇ ਕਿ ਇਹਦਾ ਮੈਨੂੰ ਮੀਨਿੰਗ ਵੀ ਨਹੀਂ ਪਤਾ ਹੁੰਦੇ ਹੈਗੇ, ਮੈਨੂੰ ਹਰਟ ਕਰਦਾ ਗਾ, ਬਟ ਫਿਰ ਮੈਨੂੰ ਐਂ ਹੋ ਜਾਂਦਾ ਕਿ ਆ ਕੇ ਨਾ ਮੈਨੂੰ ਜਾਣਦੇ ਨੇ ਅੰਟਲ, ਉਹ ਮੈਨੂੰ ਜਾਣਦੇ ਨਹੀਂ ਹੈਗੇ, ਉਹ ਮੇਰੇ 'ਤੇ ਜੱਜਮੈਂਟ ਕਰਦੇ ਨੇ, ਮਤਲਬ ਉੱਥੇ ਉਹ ਗਲਤ ਨੇ ਮੈਂ ਨਹੀਂ ਗਲਤ ਹੈਗਾ। ਅੰਟਲ ਮੈਂ ਉਹਨਾਂ ਨੂੰ ਕਦੇ ਕੁਛ ਗਲਤ ਨਹੀਂ ਕਿਹਾ। ਕੀ ਗੇ ਹੋਣਾ ਗਲਤ ਹੈ? ਗੇ ਹੋਣਾ ਮੇਰੇ ਹਿਸਾਬ ਨਾਲ ਤਾਂ ਗਲਤ ਹੈ ਨਹੀਂ, ਮੈਂ ਤਾਂ ਮੈਡੀਕਲ ਦਾ ਸਟੂਡੈਂਟ ਹਾਂ, ਆਹ ਕੋਈ ਇੱਦਾਂ ਤਾਂ ਹੈ ਨਹੀਂ ਕੋਈ ਜਾਣ ਕੇ ਹੁੰਦਾ ਗਾ, ਜੇ ਗੱਲ ਕਰੀਏ ਜੇ ਕੋਈ ਹੁੰਦਾ ਵੀ ਆ, ਆਹ ਤਾਂ ਰੱਬ ਦੀ ਦੇਣ ਆ, ਜੇ ਉਹਦੇ ਹਾਰਮੋਨਸ ਨੇ ਬੰਦੇ ਨੇ ਉੱਦਾਂ ਰਹਿਣਾ ਹੈਗਾ। ਜੇਕਰ ਆਪਾਂ ਗੱਲ ਕਰੀਏ ਕਨੇਡਾ ਵਰਗੇ ਦੇਸ਼ 'ਚ, ਜੇਕਰ ਆਪਾਂ LGBTQT ਕਮਿਊਨਿਟੀ ਰਿਸਪੈਕਟ ਨਹੀਂ ਕਰ ਸਕਦੇ, ਦੈਨ ਆਪਾਂ ਡਿਜ਼ਰਵ ਨਹੀਂ ਕਰਦੇ ਆਹ ਮੁਲਕਾਂ 'ਚ ਰਹਿਣਾ। ਆਪਾਂ ਨੂੰ ਆਈ ਥਿੰਕ ਉਹੀ ਕੰਟਰੀ 'ਚ ਚੱਲ ਜਾਣਾ ਚਾਹੀਦਾ ਗਾ ਅਤੇ ਉੱਥੇ ਆਪਦੀਆਂ ਸੋਚ ਨਾਲ ਰਹਿਣਾ ਚਾਹੀਦਾ ਗਾ। ਜੇਕਰ ਮੈਂ ਨੋਵਾ ਸਕੋਸ਼ੀਆ ਰਹਾਂਗਾ, ਉੱਥੇ ਜਿਹੜੀ ਆਪਣੀ ਜੈਬਰਾ ਕਰੋਸਿੰਗ ਆ ਉਹਦੇ ਉੱਤੇ ਵੀ ਰੇਨਬੋ ਕਲਰ ਸੀ, ਬਿਕੋਜ਼ ਦੇ ਮੇਕ ਕਿਉਂ, ਕਿਉਂਕਿ ਪ੍ਰਾਈਡ ਮੰਥ ਇੱਥੇ ਮਨਾਉਂਦੇ ਨੇ, ਆਪਣੇ ਜਗਮੀਤ ਸਿੰਘ, ਆਪਣੇ ਟਰੂਡੋ, ਸਾਰੇ ਵੱਡੇ ਵੱਡੇ ਲੀਡਰਸ ਮਨਾਉਂਦੇ ਨੇ, ਦੇ ਰਿਸਪੈਕਟ ਐਵਰੀਵਨ, ਬਟ ਆਪਾਂ ਕਿਉਂ ਨਹੀਂ ਕਰ ਸਕਦੇ ਹੈਗੇ? ਮੈਂ ਤਾਂ ਜੇ ਗੱਲ ਕਰਾਂ, ਕੱਲ੍ਹ ਨੂੰ ਜੇ ਮੇਰੇ ਘਰ ਧੀ ਹੁੰਦੀ ਆ, ਜੇਕਰ ਉਹ ਲੈਸਬੀਅਨ ਵੀ ਹੁੰਦੀ ਆ, ਮੈਨੂੰ ਕੋਈ ਚੱਕਰ ਨਹੀਂ। ਮੇਰੇ ਘਰ ਕੱਲ੍ਹ ਨੂੰ ਪੁੱਤ ਹੁੰਦਾ, ਉਹ ਗੇ, ਬਾਇਸੈਕਸ਼ੂਅਲ, ਟਰਾਂਸਜੈਂਡਰ, ਕੋਈ ਵੀ ਹੁੰਦਾ, ਮੈਨੂੰ ਕੋਈ ਚੱਕਰ ਨਹੀਂ ਹੈਗਾ। ਕਨਵੀਨ ਹੋਣਾ ਚਾਹੀਦਾ ਗਾ, ਉਹਨੂੰ ਪਤਾ ਹੋਣਾ ਚਾਹੀਦਾ ਕਿ ਇਨਸਾਨੀਅਤ ਕੀ ਹੈ। ਤੁਹਾਨੂੰ ਪਤਾ 1953 ਤੱਕ ਜਿਹੜਾ ਇਹਨੂੰ ਇੱਕ ਡਿਜ਼ੀਜ਼ ਮੰਨਿਆ ਜਾਂਦਾ ਸੀ, ਬਟ ਉਦੋਂ ਲੋਕਾਂ ਉਹਦੇ ਬਾਰੇ, ਜੇਕਰ ਮੈਨੂੰ ਐਗਜੈਕਟ ਨੌਲੇਜ ਨਹੀਂ, ਬਟ ਉਦੋਂ ਲੋਕਾਂ ਦਾ ਮਾਇੰਡ ਸੈੱਟ ਹੀ ਉਹੋ ਜਿਹਾ ਸੀ, ਐਜੂਕੇਸ਼ਨ ਨਹੀਂ ਸੀ, ਹੁਣ ਤਾਂ ਐਜੂਕੇਸ਼ਨ ਦਾ ਪੱਧਰ ਇੱਥੇ ਤੱਕ ਵੱਧ ਗਿਆ। ਬਟ ਗੱਲ ਇੱਦਾਂ ਕਿ ਨਾ, ਐਜੂਕੇਸ਼ਨ ਕੀ ਕਰੀਏ, ਪੜ੍ਹੇ ਲਿਖੇ ਲੋਕ, ਜੇਕਰ ਆਪਾਂ ਗੱਲ ਕਰੀਏ ਕੋਈ ਪੜ੍ਹਿਆ ਲਿਖਿਆ ਹੈਗਾ, ਜੇਕਰ ਉਹਨੂੰ ਉਹਦੇ ਬੱਚੇ ਨੂੰ ਕੋਈ ਇੱਦਾਂ ਕਹਿ ਦੇ ਨਾ, ਉਹ ਵੀ ਕਹੂਗਾ ਕਿ ਨਹੀਂ ਹੈਗਾ, ਜੇਕਰ ਹੈਗਾ ਵੀ ਆ, ਮਤਲਬ ਲੋਕ ਅਸੈਪਟ ਨਹੀਂ ਕਰਦੇ। ਆਹ ਆਪਣੀ ਪੰਜਾਬੀ ਕਮਿਊਨਿਟੀ ਦੀ ਟ੍ਰੈਜਡੀ ਆ, ਐਡਵਰਸਿਟੀ ਆ, ਅਤੇ ਕਈ ਲੋਕ ਕਲੋਜ਼ਡ 'ਚ ਤਾਂ ਨੇ, ਓਪਨ ਤਾਂ ਨਹੀਂ ਹੋ ਰਹੇ। ਇੱਕ ਤਾਂ ਪਹਿਲੀ ਗੱਲ, ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਜੇਕਰ ਕੋਈ ਫੀਲ ਵੀ ਕਰਦਾ ਕਿ ਇਹ ਕੀ ਫੀਲਿੰਗ ਸਹੀ ਆ ਜਾਂ ਗਲਤ, ਤਾਂ ਕੋਈ ਉਹਨਾਂ ਕੋਲ ਬਹਿੰਦਾ ਨਹੀਂ ਹੈਗਾ। ਜੇ ਕੋਈ ਬਹਿੰਦਾ ਵੀ ਆ, ਦੈਨ ਉਹਨੂੰ ਗਲਤ ਕਿਹਾ ਜਾਂਦਾ ਜਾਂ ਉਹਨੂੰ ਕੁੱਟਿਆ ਮਾਰਿਆ ਜਾਂਦਾ। ਮੈਂ ਜੇ ਗੱਲ ਕਰਾਂ, ਬਹੁਤ ਟਿਕਟੋਕ 'ਤੇ ਮੈਂ ਲੋਕ ਦੇਖੇ ਨੇ। ਬਾਕੀ ਇੱਕ ਗੱਲ ਮੈਂ ਗੱਲ ਕਰਾਂ ਨਾ, ਕਈ ਲੋਕ ਜਿਹੜੇ ਆਹ ਕਮਿਊਨਿਟੀ ਦੇ ਵਿੱਚ ਨੇ, ਸਾਰੇ ਨਹੀਂ, ਉਹ ਥੋੜ੍ਹਾ ਜਲੂਸ ਵੀ ਵੱਧ ਕੱਢ ਲੈਂਦੇ ਨੇ, ਉਹ ਥੋੜ੍ਹਾ ਜਿਹਾ ਮਤਲਬ ਜ਼ਿਆਦਾ ਨਿਊਡਿਟੀ ਕਰ ਲੈਣੀ, ਉਹਨੂੰ ਫਿਰ ਆਪਣੀ ਕਮਿਊਨਿਟੀ ਚੰਗੀ ਨਹੀਂ ਲੱਗਦੀ। ਮੈਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਬਿਕੋਜ਼ ਸਾਡੇ ਅਦਾਰੇ ਵੱਲੋਂ ਅਸੀਂ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ, ਪਰ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹੁੰਦਾ, ਬਿਕੋਜ਼ ਮੇਰੇ ਬੱਚੇ ਸਕੂਲ ਜਾਂਦੇ ਨੇ, ਮੇਰੀ ਬੇਟੀ ਸਕੂਲ ਜਾਂਦੀ ਆ, ਇੱਥੇ ਇੱਕ ਨਵਾਂ ਆਇਆ ਕਿ ਜੇ ਤੁਸੀਂ ਬਾਈ ਦੀ ਵੇ ਯੂ ਫੀਲ ਕਿ ਤੁਸੀਂ ਕੁੜੀ ਹੋ, ਜੇ ਤੁਸੀਂ ਆਪਣੇ ਆਪ ਨੂੰ ਫੀਮੇਲ ਫੀਲ ਕਰ ਰਹੇ ਹੋ, ਤਾਂ ਤੁਸੀਂ ਇੱਕ ਮੁੰਡਾ ਹੋਇਆ ਹੁੰਦਿਆਂ ਹੋਇਆ ਕੁੜੀਆਂ ਦੇ ਵਾਸ਼ਰੂਮ 'ਚ ਜਾ ਸਕਦੇ ਹੋ, ਐਜ਼ ਇੱਕ ਕੁੜੀ ਕਿੰਨਾ ਕੁ ਸੇਫ ਫੀਲ ਕਰੇਗੀ? ਕੈਨੇਡੀਅਨ ਲਾਅ ਜਿਹੜਾ LGBTQ ਦੇ ਅੰਡਰ ਇਹ ਚੀਜ਼ ਪੈਂਦੀ ਹੈ ਕਿ ਤੁਸੀਂ ਮੁੰਡਿਆਂ ਦੇ ਵਾਸ਼ਰੂਮ, ਕੁੜੀਆਂ ਦੇ ਵਾਸ਼ਰੂਮ 'ਚ ਮੁੰਡੇ ਜਾ ਸਕਦੇ ਨੇ, ਉਹ ਫੀਲ ਕਰਦਾ ਜੀ ਮੈਂ ਤਾਂ ਕੁੜੀ ਹਾਂ। ਬਟ ਇਹਦੇ ਵਿੱਚ ਫੀਲ ਕਰਨ ਨੂੰ ਕਿੱਦਾਂ? ਜੇਕਰ ਮੈਂ ਆਪਦੀ ਗੱਲ ਕਰਾਂ, ਇੰਡੀਆ ਦੇ ਵਿੱਚ ਵੀ ਆਪਾਂ ਇੱਕ ਵਾਸ਼ਰੂਮ ਯੂਜ਼ ਕਰਦੇ ਹੀ ਹਾਂ, ਜੇਕਰ ਛੋਟਾ, ਜੇਕਰ ਬੜਾ ਗਾ, ਓਬਵੀਅਸਲੀ ਉਹਦੇ 'ਚ ਓਪਨਲੀ ਤਾਂ ਹੋਣ ਨਹੀਂ ਲੱਗਿਆ, ਜੇਕਰ ਓਪਨਲੀ ਬੰਦੇ ਨੂੰ ਪਤਾ ਗਾ, ਬਟ ਉਹ ਬੰਦੇ 'ਤੇ ਡਿਪੈਂਡ ਕਰਦਾ ਕਿੰਨਾ ਕੰਫਰਟੇਬਲ ਫੀਲ ਕਰਦਾ ਕੁੜੀਆਂ ਦੇ ਵਾਸ਼ਰੂਮ 'ਚ ਮੁੰਡਾ ਘੁੰਮਦਾ ਫਿਰਦਾ। ਬਟ ਉੱਥੇ ਜੇ ਆਪਾਂ ਗੱਲ ਕਰੀਏ, ਉੱਥੇ ਗੌਰਮੈਂਟ ਨੂੰ ਖੁਦ ਨੂੰ ਸੋਚਣਾ ਚਾਹੀਦਾ ਕਿ ਹਰ ਇੱਕ
ਬਟ ਫਿਰ ਉੱਥੇ ਉਹਨਾਂ ਨੂੰ ਫੈਮਿਲੀ ਵਾਸ਼ਰੂਮ ਯੂਜ਼ ਕਰ ਸਟਾਰਟ ਕਰ ਦੇਣੇ ਚਾਹੀਦੇ ਨੇ ਜੇ ਜਿੱਥੇ ਦੋ ਬਿਲਡਿੰਗਸ ਪਾ ਸਕਦੇ ਨੇ ਮੈਨ ਤੇ ਵੂਮੈਨ ਦੀ ਤੀਜੇ ਵਾਸ਼ਰੂਮ ਹੋਰ ਬਣਾ ਚਾਹੀਦਾ ਫੈਮਿਲੀ ਬਿਕੋਜ਼ ਉਹ ਵੀ ਜੇਕਰ ਕੋਈ ਕਿਸੇ ਟ੍ਰਾਂਸਜੈਂਡਰ ਪਾ ਦੇਣਾ ਚਾਹੀਦਾ ਕੁਛ ਵੀ ਪਾ ਦੇਣਾ ਚਾਹੇ ਉੱਥੇ ਫੈਮਿਲੀ ਲਿਖ ਦੇਣ ਬਿਕੋਜ਼ ਜੇਕਰ ਹੁੰਦਾ ਕੀ ਹੈ ਬਿਕੋਜ਼ ਕਈਆਂ ਦੇ ਬੱਚੇ ਵੀ ਨੇ ਜਿਹੜੇ ਹੁਣ ਬੱਚਿਆਂ ਦੇ ਜੇਕਰ ਡਾਇਪਰ ਵਗੈਰਾ ਚੇਂਜ ਕਰਨਾ ਉਹ ਇੱਦਾਂ ਤਾਂ ਨਹੀਂ ਆਪਾਂ ਸਿੰਕ ਤੇ ਚੇਂਜ ਕਰ ਲਾਂਗੇ ਉਹਦੇ ਲਈ ਆਪਣਾ ਪ੍ਰੋਪਰ ਉਹ ਚਾਹੀਦਾ ਅਤੇ ਉਹ ਫੈਮਿਲੀ ਵਾਸ਼ਰੂਮ 'ਚ ਹੁੰਦਾ ਗਾ ਮਜੋਰਟੀ ਆਫ ਜਗ੍ਹਾ 'ਤੇ ਫੈਮਿਲੀ ਵਾਸ਼ਰੂਮ ਹੁੰਦਾ ਗਾ ਅਤੇ ਆਪਾਂ ਅਪੀਲ ਕਰਨਾ ਕਿ ਖਿਚਾਉਂਦੇ ਆ ਕਿ ਨਾ ਜੇਕਰ ਕੋਈ ਇੱਦਾਂ ਫੀਲ ਕਰਦਾ ਨਾ ਸਰਕਾਰ ਨੂੰ ਚਾਹੀਦਾ ਬਟ ਕੈਨੇਡਾ ਵਾਲੀ ਸਰਕਾਰ ਤੋਂ ਇੰਨੀ ਮੇਰੀ ਕੋਈ ਉਮੀਦ ਨਹੀਂ ਬਿਕੋਜ਼ ਜੇਕਰ ਇੱਥੇ ਗੱਲ ਕਰੀਏ 3 ਨੰਬਰ ਲੈਣ ਲਈ ਤਾਂ ਜਵਾਕ ਇੱਥੇ ਬਰਫਾਂ 'ਚ ਖੜਦੇ ਨੇ ਆਹ ਕੀ ਬਾਥਰੂਮ ਪਾ ਦੇਣਗੇ ਰੀਸੈਂਟਲੀ ਇੱਕ ਮੁੰਡੇ ਡੈਥ ਹੋਈ ਆ ਡਿਸੰਬਰ ਮਹੀਨੇ ਦੇ ਵਿੱਚ ਉਹ ਵੇਟ ਕਰਦਾ ਪਿਆ 3 ਨੰਬਰ ਲਈ ਤੇ ਉਹਨੂੰ ਉੱਥੇ ਅਟੈਕ ਹੋ ਗਿਆ ਇੱਕ ਤਾਂ ਬੱਚੇ ਜਦੋਂ ਨਵੇਂ ਆਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਇੱਕ ਠੰਡ ਦਾ ਨਹੀਂ ਪਤਾ ਹੁੰਦਾ ਆ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਸਨੋ ਜੈਕਟ ਕਿੱਥੇ ਮਿਲਣੀ ਆ ਬਿਕੋਜ਼ ਬੰਦਾ ਕਿਵੇਂ ਜਾਊਗਾ ਬੰਦੇ ਕੋਲ ਨਾ ਤਾਂ ਕੁਆਇਨਸ ਹੁੰਦੇ ਨੇ ਨਾ ਬੱਸ ਚੜ੍ਹਨੀ ਆਉਂਦੀ ਹੁੰਦੀ ਆ ਮੈਂ 1 ਮਹੀਨਾ ਪਹਿਲਾਂ ਬੱਸ ਹੀ ਨਹੀਂ ਚੜ੍ਹਿਆ ਇੱਥੇ ਕੈਨੇਡਾ ਕਿਉਂਕਿ ਚੜ੍ਹਨੀ ਆਉਂਦੀ ਨਹੀਂ ਸੀ ਮੈਂ ਤੁਰਕੀ ਵਾ ਜਾਂਦਾ ਜਿੱਧਰ ਜਾਣਾ ਹੁੰਦਾ ਸੀ ਮੈਂ ਕੋਈ ਗੱਲ ਮੁਸ਼ਕਲ ਹੈ ਜੀ ਤਾਂ ਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਸਰਕਾਰ ਜਾਂ ਕਾਲਜ ਜਿਹੜੇ ਇੰਨੇ ਮੋਟੇ ਮੋਟੇ ਪੈਸੇ ਖਾ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਓਰੀਐਂਟੇਸ਼ਨ ਦੇਣੀ ਚਾਹੀਦੀ ਇੱਕ ਦਿਨ ਦੀ ਕਿ ਇਸ ਤਰੀਕੇ ਨਾਲ ਬੱਸ ਚੂਜ਼ ਕਰਨੀ ਇਸ ਤਰੀਕੇ ਨਾਲ ਕਰਨੀ ਆ ਇੱਥੇ ਤਾਂ ਜੇਕਰ ਗੱਲ ਕਰੀਏ ਆਪਦੀ ਕਮਿਊਨਿਟੀ ਨੂੰ ਬੰਦੇ ਨੂੰ ਮੇਰੇ ਹਿਸਾਬ ਨਾਲ ਮੈਂ ਲੰਡਨ ਵੀ ਰਿਹਾ ਮੈਂ ਨੋਵਾ ਸਕੋਸ਼ੀਆ ਵੀ ਰਿਹਾ ਮੈਂ ਬ੍ਰੈਂਪਟਨ ਵੀ ਰਿਹਾ ਮੇਰਾ ਸਭ ਤੋਂ ਬੈਡ ਐਕਸਪੀਰੀਅੰਸ ਬ੍ਰੈਂਪਟਨ ਦੇ ਵਿੱਚ ਰਿਹਾ ਹੈਗਾ ਇਹਦਾ ਰੀਜ਼ਨ ਕੀ ਆ ਮੇਰੇ ਮੰਮਾ ਸੈਕਿੰਡ ਟਾਈਮ ਹੁਣ ਆਏ ਨੇ ਇੱਥੇ ਜਦੋਂ ਮੇਰੇ ਮੰਮਾ ਇੱਥੇ ਆਏ ਨੇ ਨਾ ਆਪਣੇ ਅਕੋਮੋਡੇਸ਼ਨ ਲੱਭਣੀ ਸੀ ਅਕੋਮੋਡੇਸ਼ਨ ਲਈ ਜਦੋਂ ਅਸੀਂ ਕਾਲ ਕਰਦੇ ਕਿਸੇ ਓਨਰ ਨੂੰ ਕਿ ਤੁਹਾਡੀ ਬੇਸਮੈਂਟ ਅਵੇਲੇਬਲ ਆ 1 ਬੈਡਰੂਮ ਅਤੇ ਉਹ ਲੋਕ ਉੱਥੇ ਕਹਿ ਦਿੰਦੇ ਨੇ ਕਿ ਬਈ ਤੁਹਾਡੇ ਮੰਮਾ ਨੇ ਮੰਮਾ ਨੂੰ ਉਹ ਫੈਮਿਲੀ ਨਹੀਂ ਕੰਸੀਡਰ ਕਰਦੇ ਇੱਥੇ ਲੋਕ ਅਤੇ ਜਦੋਂ ਫੈਮਿਲੀ ਕੰਸੀਡਰ ਨਹੀਂ ਕਰਦੇ ਹੈਗੇ ਦੈਨ ਖੁਦ ਨੂੰ ਮੈਨੂੰ ਐਂ ਹੁੰਦਾ ਯਾਰ ਆਹ ਕੀ ਗੱਲ ਆ ਫੈਮਿਲੀ ਦਾ ਮਤਲਬ ਕੀ ਆ ਸਿਰਫ ਹਸਬੈਂਡ ਵਾਈਫ ਹੀ ਆ ਅਤੇ ਕਈ ਲੋਕ ਇਹੋ ਜਿਹੇ ਵੀ ਨੇ ਇੱਥੇ ਕੈਨੇਡਾ ਦੇ ਵਿੱਚ ਜੇਕਰ ਕੋਈ ਸਪਾਊਸ ਆ ਅਤੇ ਵਰਕ ਪਰਮਿਟ ਤਾਂ ਉਹਨਾਂ ਦੇ ਬੇਬੀ ਹੋ ਗਿਆ ਕਹਿ ਦੇਣਾ ਕਿ ਵਿਦਆਊਟ ਕਿਡ ਸਾਨੂੰ ਬੇਸਮੈਂਟ ਵਾਲੇ ਟੈਨੈਂਟ ਚਾਹੀਦੇ ਨੇ ਜੇਕਰ ਗੱਲ ਕਰੀਏ ਇੱਕ ਜੇਕਰ ਮੈਨੂੰ ਇੱਕ ਬੰਦੇ ਨੇ ਕਿਹਾ ਸੀ ਮੈਂ ਬੇਸਮੈਂਟ ਦੇਖਦਾ ਪਿਆ ਸੀ ਮੈਨੂੰ ਕਿਹਾ ਤੁਹਾਡੇ ਮੰਮਾ ਨੇ ਕੀ ਕੰਮ ਕਰਨਾ ਮੈਂ ਕਿਹਾ ਮੇਰੇ ਮੰਮਾ ਵੈਸਟਰਨ ਆ ਰਹੇ ਨੇ ਸੋ ਓਬਵੀਅਸਲੀ ਉਹ ਕੰਮ ਨਹੀਂ ਕਰ ਸਕਦੇ ਲੀਗਲੀ ਤਰੀਕੇ ਕਹਿੰਦੇ ਤੁਸੀਂ ਰੈਂਟ ਕਿਵੇਂ ਦਿਓਗੇ ਮੈਂ ਕਿਹਾ ਮੈਂ ਰੈਂਟ ਪੇ ਕਰਨਾ ਮੇਰੇ ਮੰਮ ਨੇ ਨਹੀਂ ਪੇ ਕਰਨਾ ਮੈਨੂੰ ਕਹਿੰਦੇ ਫਿਰ ਤਾਂ ਯੂਟੀਲਿਟੀ ਬਹੁਤ ਹੋ ਜਾਣੀ ਆ ਬਿਕੋਜ਼ ਉਹ ਤਾਂ ਘਰੇ ਰਹਿਣਗੇ ਮਤਲਬ ਲੋਕਾਂ ਦਾ ਇੱਥੇ ਤੱਕ ਮਾਨਸਿਕ ਲੈਵਲ ਆਇਆ ਪਿਆ ਹੈਗਾ ਕਿ ਡਾਲਰ ਡਾਲਰ ਪਿੱਛੇ ਗੱਲ ਕਰੀਏ ਜੇਕਰ ਮੇਰੇ ਮੰਮਾ ਘਰੇ ਰਹਿੰਦੇ ਨੇ ਸਾਰ ਦਿਨ ਉਹ ਜੇਕਰ ਯੂਟੀਲਿਟੀ ਯੂਜ਼ ਵੀ ਕਰ ਲਈ ਮਹੀਨੇ ਦਾ $50 ਐਕਸਟਰਾ ਬਿੱਲ ਆ ਜਾਊਗਾ ਕੁਛ ਵੀ ਨਹੀਂ ਆਉਂਦਾ ਜੀ ਅਤੇ ਸਾਲ ਦਾ $600 ਵੀ ਨਹੀਂ ਹੋਇਆ ਸੋਚ ਦੀ ਗੱਲ ਹੈ ਮਤਲਬ ਜਦੋਂ ਤੁਸੀਂ ਨੋਵਾ ਸਕੋਸ਼ੀਆ ਸੀ ਤੁਸੀਂ ਦੱਸਿਆ ਕਿ ਤੁਹਾਡੇ 'ਤੇ ਇੱਕ ਕਤਲ ਦਾ ਕੇਸ ਪੈ ਗਿਆ ਹਾਂਜੀ ਮੇਰੇ ਤਾਂ ਕੀ ਸੀਨ ਹੋਇਆ ਕੀ ਹੋਇਆ ਸੀ 6 ਮਈ 2021 ਨੂੰ ਮੇਰੇ ਪੀ ਆਰ ਦੀ ਫਾਈਲ ਲੱਗੀ ਉਸ ਦਿਨ ਆ ਕੇ ਆਪਾਂ ਸੁੱਤੇ ਹਾਂ 7 ਮਈ ਨੂੰ ਕੀ ਹੋਇਆ ਮੇਰੇ ਨਾਲ ਦੇ ਰੂਮ 'ਚ ਇੱਕ ਟੈਨੈਂਟ ਸੀ 2 ਬੈਡਰੂਮ ਅਪਾਰਟਮੈਂਟ ਸੀ ਮੈਂ ਮੇਰਾ ਜਿਹੜਾ ਰੂਮਮੇਟ ਸੀ ਉਹ ਓਨਟੈਰੀਓ ਆਲਰੇਡੀ ਆਇਆ ਹੋਇਆ ਸੀ ਮੈਡੀਕਲ ਕਰਾਉਣ ਪੀ ਆਰ ਲਈ ਸੋ ਘਰੇ ਮੈਂ ਇਕੱਲਾ ਸੀ ਅਤੇ ਨਾਲ ਦੇ ਰੂਮ 'ਚ ਜਿਹੜਾ ਕੱਪੜ ਹੈ ਸੀ ਉਹਦੇ ਕੋਈ ਲੜਾਈ ਹੋ ਗਈ ਆਪਾਂ ਨੂੰ ਨਹੀਂ ਪਤਾ ਕੀ ਉਹਨਾਂ ਚੱਲਦਾ ਪਿਆ ਸੀ ਉਹਦਾ ਹਸਬੈਂਡ ਚੱਲ ਗਿਆ ਸੀ ਅਤੇ ਉਹ ਜਿਹੜੀ ਗੋਰੀ ਸੀ ਉਹਨੇ ਸੁਸਾਈਡ ਕਮਿਟ ਕੇ ਦਿੱਤਾ ਉਹਨੇ ਪਹਿਲਾਂ ਕੀ ਕੀਤਾ ਮੇਰੇ ਉੱਥੇ ਲਾਂਡਰੀ ਵਾਲੇ ਕੱਪੜੇ ਪਏ ਸੀ ਚੱਕਣੇ ਸੀ ਮੈਨੇ ਕਿਉਂਕਿ ਇੱਕ ਦਿਨ ਪਹਿਲਾਂ ਮੈਂ ਬੜਾ ਹਨਾ ਟਾਇਰਡ ਸੀ ਉਹਨੇ ਪਹਿਲਾਂ ਆਪਦਾ ਹੱਥ ਉੱਤ ਕੱਟਿਆ ਉਹਨੇ ਉੱਥੇ ਖੂਨ ਹੀ ਖੂਨ ਲਗਾਤਾ ਮੇ ਵੀ ਉਹਦੀ ਜਦੋਂ ਜਾਨ ਨਿਕਲ ਜਾਏ ਮੇ ਵੀ ਉਸ ਮੈਨੂੰ ਕਾਲ ਕਰ ਲਈ ਉਹਨੇ ਗੇਟ 'ਤੇ ਹੱਥ ਉੱਤ ਮਾਰਿਆ ਹੋਣਾ ਗਾ ਇਸ ਤੋਂ ਬਾਅਦ ਤੋਂ ਆਈ ਥਿੰਕ ਉਹ ਤੋਂ ਮਰਿਆ ਨਹੀਂ ਗਿਆ ਉਹ ਨਸ਼ੇ ਦੇ ਵਿੱਚ ਸੀ ਉਹਨੇ ਉੱਤੋਂ ਜੰਪ ਕਰਕੇ ਉਹ ਮਰ ਗਈ 8th ਫਲੋਰ ਤੋਂ ਜਾ ਕੇ ਮੈਂ ਤਾਂ ਸੁੱਤਾ ਪਿਆ ਸੀ ਮੈਨੂੰ ਨਹੀਂ ਪਤਾ ਬਿਕੋਜ਼ ਆਪਾਂ ਪੱਖਾ ਲਾ ਕੇ ਸੌਂ ਜਾਣਾ ਆਪਾਂ ਨੂੰ ਕੁਛ ਨਹੀਂ ਪਤਾ ਕੀ ਚੱਲਦਾ ਪਿਆ ਸੀ ਕਿਉਂਕਿ ਗੋਰੇ ਡੇਲੀ ਲੜਦੇ ਰਹਿੰਦੇ ਨੇ ਆਪਾਂ ਨਾ ਕਦੇ ਉਹ 'ਚ ਪਾਰਟੀਸਪੇਟ ਕੀਤਾ ਅਗਲੇ ਦਿਨ ਜਦੋਂ ਮੈਂ ਉੱਠਿਆ ਮੈਨੂੰ ਪੁਲਿਸ ਨੇ ਉਠਾਇਆ ਪੁਲਿਸ ਨੇ ਕੀ ਕੀਤਾ ਪਹਿਲਾਂ ਤਾਂ ਮੇਨ ਗੇਟ ਤੋੜਤਾ ਬਿਕੋਜ਼ ਅੰਦਰੋਂ ਲੋਕ ਸੀ ਬਾਅਦ 'ਚੋਂ ਉਹਨਾਂ ਨੇ ਮੇਰਾ ਗੇਟ ਵੀ ਤੋੜਤਾ ਜਦੋਂ ਗੇਟ ਤੋੜਿਆ ਇੱਕਦਮ ਪਤਾ ਨਹੀਂ ਕਿੱਦਾਂ ਤੋੜਿਆ ਆਵਾਜ਼ ਵੀ ਨਹੀਂ ਆਈ ਕਿ ਟੁੱਟਣ ਦੀ ਜਿੱਦਾਂ ਦੀ ਪਤਾ ਨਹੀਂ ਉਹਨਾਂ ਨੇ ਜਦੋਂ ਕਿਸੇ ਤਰੀਕੇ ਨਾਲ ਖੋਲ੍ਹਿਆ ਹੋਣਾ ਉਹਨਾਂ ਨੇ ਮੈਨੂੰ ਕਿਹਾ ਕਿ ਹੈਲੋ ਆਰ ਯੂ ਅੱਲਾ ਹੀ ਉਹਨਾਂ ਨੂੰ ਲੱਗਿਆ ਕਿਤੇ ਮੈਨੂੰ ਵੀ ਕੁਛ ਨਾ ਉਹਨਾਂ ਨੇ ਬੜੀ ਮਤਲਬ ਇੱਦਾਂ ਕੀਤਾ ਮੈਂ ਜਦੋਂ ਨਿਕਲਿਆ ਗਾ ਸਾਡੇ ਘਰ ਦੇ ਵਿੱਚ ਪੁਲਿਸ ਹੀ ਪੁਲਿਸ ਹੋਈ ਵੀ ਅਪਾਰਟਮੈਂਟ ਦੇ ਵਿੱਚ ਕੌਜ਼ਨ ਦੀ ਅਲੱਗ ਅਲੱਗ ਟੇਪਾਂ ਲਗਾਈਆਂ ਪਈਆਂ ਮੈਂ ਸਟਾਕਾ ਕਿ ਹੋ ਕੀ ਗਿਆ ਹਨਾ ਬੰਦਾ ਡਰ ਜਾਂਦਾ ਕਿ ਤਾਂ ਨੀਂਦ ਦੇ ਵਿੱਚ ਸੀ ਉਹਨਾਂ ਨੇ ਮੈਨੂੰ ਉਹਦਾ ਰੀਅਲ ਨੇਮ ਪੁੱਛਿਆ ਹੁਣ ਉਹਨਾਂ ਨੂੰ ID ਨਿਕਲੀ ਮੈਨੂੰ ਉਹਦਾ ਰੀਅਲ ਨੇਮ ਨਹੀਂ ਸੀ ਪਤਾ ਅਸੀਂ ਉਹਨੂੰ ਮਤਲਬ ਜੈਨ ਜੈਨ ਕਹਿ ਲੈਂਦੇ ਸੀ ਮੈਨੂੰ ਉਹਦਾ ਐਗਜੈਕਟ ਨੇਮ ਨਹੀਂ ਸੀ ਪਤਾ ਕਿ ਉਹ ਕਹਿੰਦੇ ਕਿ ਤੂੰ ਉਹਨੂੰ ਜਾਣਦਾ ਮੈਂ ਕਿਹਾ ਨਹੀਂ ਜਾਣਦਾ ਉਹਨਾਂ ਨੂੰ ਲੱਗਿਆ ਕਿ ਇਹਦੇ ਨਾਲ ਰਹਿੰਦੀ ਪਈ ਆ ਕਿਉਂ ਨਹੀਂ ਜਾਣਦਾ ਬਿਕੋਜ਼ ਉਹ ਨਾਮ ਹੀ ਉਹਦਾ ਅਸਲੀ ਲੈ ਰਹੇ ਸੀ ਜਿਹੜਾ ਕਾਗਜ਼ਾਂ ਵਿੱਚ ਸੀ ਔਖਾ ਜਿਹਾ ਕੋਈ ਨੇਮ ਸੀ ਉਹਦਾ ਅਤੇ ਮੈਂ ਤਾਂ ਹੁਣ ਵੀ ਨਹੀਂ ਯਾਦ ਰਹਿੰਦਾ ਮੇਰੇ ਕੋਲ ਬਿਕੋਜ਼ ਕੱਚਾ ਨੇਮ ਜ਼ਰੂਰ ਜ਼ਿਆਦਾ ਜੈਨ ਜੈਨ ਮੈਨੂੰ ਉਹਨਾਂ ਨੇ ਕਹਿਤਾ ਗਾ ਕਿ ਤੈਨੂੰ ਇੱਥੇ ਰਹਿਣਾ ਪੈਣਾ ਮੈਂ ਕਿਹਾ ਕੀ ਹੋ ਗਿਆ ਮੈਨੂੰ ਜਦੋਂ ਉਹਨਾਂ ਨੇ ਕਹਿਤਾ ਕਿ ਤੂੰ
ਹੋਰ ਹੀ ਕੁਝ ਮੈਨੂੰ ਫੀਲ ਉਹ ਸਮਝ 'ਚ ਨਹੀਂ ਆਇਆ ਕੀ ਹੋ ਗਿਆ ਸੀ ਉਹ ਟਾਈਮ ਦੇ 'ਚ ਮੈਨੂੰ ਨੀਚੇ ਲੈ ਗਏ ਲਿਵਿੰਗ ਰੂਮ 'ਚ ਮੈਨੂੰ ਬਾਅਦ 'ਚ ਪੁਲਿਸ ਨੇ ਕਹਿਤਾ ਕਿ ਅਸਾਈਨ ਜੇ ਕਰਾਈ ਗਏ ਪੁੱਛੀ ਗਏ ਮੈਂ ਉਹ ਕੰਡੀਸ਼ਨ 'ਚ ਨਹੀਂ ਰਿਹਾ ਕਿਉਂਕਿ ਬੰਦਾ ਡਰ ਜਾਂਦਾ ਕੀ ਹੋ ਗਿਆ ਮੇਰੇ ਨਾਲ ਹੈ ਨਾ ਕਿ ਕੱਲ੍ਹ PR ਦੀ ਫਾਈਲ ਲੱਗੀ ਆ ਕਿ ਮਸਾਂ ਲਾਈਫ ਸੈੱਟ ਟਰੈਕ 'ਤੇ ਆ ਰਹੀ ਆ ਆਹ ਕੀ ਮੈਂ ਚੱਕਰਾਂ 'ਚ ਪੈ ਰਿਹਾ ਕਿ ਮੈਂ ਤੁਹਾਨੂੰ ਜਾਣਦਾ ਤੱਕ ਨਹੀਂ ਹੈਗਾ ਇਦੋਂ ਬਾਅਦ ਦੀ ਗੱਲ ਆ ਮੈਂ ਕਿਸੇ ਨੂੰ ਫੋਨ ਕੀਤਾ ਕਿ ਮੈਨੂੰ ਇੱਥੋਂ ਲੈ ਜਾਓ ਉਹਨਾਂ ਨੇ ਕਹਿਤਾ ਕਿ ਤੁਸੀਂ ਸਿਟੀ ਤੋਂ ਬਾਹਰ ਨਹੀਂ ਜਾ ਸਕਦੇ ਜੂਮ ਦੇ ਉੱਤੇ ਤੁਹਾਨੂੰ ਪਤਾ ਕੋਵਿਡ ਟਾਈਮ ਸੀ ਉਹਦਾ ਤਰੀਕ ਨਹੀਂ ਪੈਣੀ ਸੀ ਕੋਰਟ ਦਾ ਜਿਹੜਾ ਕੁਛ ਸੀ ਮੈਂ ਅਗਲੇ ਮੈਂ ਹਜੇ ਸ਼ਾਮ ਮੈਂ ਕਿਸੇ ਦੇ ਘਰ ਵਗ ਗਿਆ ਨੇੜੀ ਸਟੇਟ ਦੇ ਘਰ ਸੀ ਮੇਰੀ ਕੋਈ ਫਰੈਂਡ ਸੀ ਮੈਂ ਉਹਦੇ ਘਰ ਵਗ ਗਿਆ ਮੈਂ ਕਿਹਾ ਮੈਂ ਇਕੱਲਾ ਨਹੀਂ ਹੁਣ ਉੱਥੇ ਰਹਿ ਸਕਦਾ ਉਹ ਕੁੜੀਆਂ ਕਹਿੰਦੀਆਂ ਕਿ ਚੱਲ ਮਨਜਿੰਦਰ ਤੂੰ ਸਾਡੇ ਘਰ ਰਹਿ ਲਿਓ ਬਟ ਸਾਡੇ ਘਰ ਰੂਮ ਹੈ ਨਹੀਂ ਤੂੰ ਲਿਵਿੰਗ ਰੂਮ 'ਚ ਐਡਜਸਟ ਕਰ ਲੇਂਗਾ ਮੈਂ ਕਿਹਾ ਮੈਂ ਕਰ ਲਊਂਗਾ ਮੈਂ ਆਪਦੇ ਘਰ ਜਾ ਗਿਆਂਗਾ ਨਾਲ ਉਹ ਕੁੜੀਆਂ ਦੇ ਦੇਖਿਆ ਕਿ ਮੇਰੇ ਘਰ ਚੋਰੀ ਹੋ ਗਈ ਚੋਰੀ ਵੀ ਕੀ ਹੋਇਆ ਮੇਰੇ ਅੱਧੇ ਕੱਪੜੇ ਮੇਰੇ ਜੁੱਤੇ ਈਵਨ ਅੰਡਰਗਾਰਮੈਂਟਸ ਵੀ ਮੇਰਾ ਕੋਈ ਲੈ ਗਿਆ ਮੇਰੇ ਜਿਹੜੇ ਆਪਾਂ ਜਿਵੇਂ ਰੈਸਟੋਰੈਂਟ ਦਾ ਕੰਮ ਕਰਦੇ ਸੀ ਆਪਾਂ ਇੱਕ ਉਹਦੇ 'ਚ ਕੋਇਨਸ ਪਾਉਣੇ ਉਹ ਮੇਰੀ ਟੈਬਲੇਟ ਵਗੈਰਾ ਸਾਰਾ ਕੁਛ ਕੋਈ ਲੈ ਗਿਆ ਇਸ ਤੋਂ ਬਾਅਦ 'ਚੋਂ ਮੈਂ ਝੱਕ ਗਿਆ ਯਾਰ ਇੰਨਾ ਕੀ ਹੋਇਆ ਮਸਾਂ ਤਾਂ ਪੈਸੇ ਉਹਦੇ ਕਰੋਨਾ ਚੱਲਦਾ ਪਿਆ ਕਿ ਬੰਦਾ ਲੋਕਡਾਊਨ ਦੇ ਵਿੱਚ ਬੈਠਾ ਗਾ ਸਰਕਾਰ ਦਾ CIRB ਤਾਂ ਆ ਰਹੀ CI ਜਿਹੜੀ ਆਉਂਦੀ ਸੀ 2-2 ਹਜ਼ਾਰ ਉਹ 'ਚ ਤਾਂ ਮੈਂ ਗੁਜ਼ਾਰਾ ਕਰਦਾ ਪਿਆ ਉੱਥੋਂ ਮੈਂ ਬੜਾ ਮਤਲਬ ਦੁਖੀ ਜਿਹਾ ਹੋ ਗਿਆ ਕਿ ਯਾਰ ਕੀ ਹੋਈ ਜਾਂਦਾ ਮੇਰੇ ਨਾਲ ਮੈਂ ਉੱਥੋਂ ਸਮਾਨ ਲੈ ਕੇ ਉਹਨਾਂ ਦੇ ਘਰੇ ਵੱਗ ਗਿਆ ਅਗਲੇ ਦਿਨ ਮੈਂ ਪੁਲਿਸ ਸਟੇਸ਼ਨ ਗਿਆ ਹੈਲੀਫੈਕਸ ਦੀ ਪੁਲਿਸ ਦਾ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਹਜੇ ਟਿਕਟਾਂ ਦੇਣੀਆਂ ਆਉਂਦੀਆਂ ਉਹਨਾਂ ਨੂੰ ਸਿਰਫ ਸੋ ਮੈਂ ਪੁਲਿਸ ਨੂੰ ਕਿਹਾ ਕਿ ਮੇਰੀ ਇੱਦਾਂ ਚੋਰੀ ਹੋ ਗਈ ਸੋ ਬਟ ਪੁਲਿਸ ਨੇ ਕਹਿਤਾ ਜਿਵੇਂ ਬਿਠਾਇਆ ਸ਼ੀਸ਼ਾ ਲੱਗਿਆ ਸੀ ਇੱਧਰ ਫੋਨ 'ਤੇ ਮੈਂ ਉੱਧਰ ਉਹ ਦੱਸੀ ਗਏ ਇਦੋਂ ਬਾਅਦ 'ਚੋਂ ਉਹਨਾਂ ਨੇ ਮੈਨੂੰ ਕਹਿਤਾ ਤੂੰ ਘਰੇ ਚੱਲ ਜਾ ਮੈਂ ਤਾਂ ਮੈਂ ਅੰਟੈਰੀਓ ਵੀ ਆ ਗਿਆ ਅੱਜ ਤੱਕ ਐਂ ਨਹੀਂ ਪਤਾ ਲੱਗਿਆ ਮੇਰਾ ਸਮਾਨ ਕਿੱਥੇ ਮੈਂ ਪੁਲਿਸ ਨੂੰ ਕਹਿ ਰਿਹਾ ਕਿ ਮੇਰੀ ਹੈ ਨਾ ਜੀਮੇਲ ਉੱਥੇ ਚੱਲਦੀ ਪਈ ਆ ਮੇਰੀ ਟੈਬਲੇਟ ਆਹ ਜਗ੍ਹਾ 'ਤੇ ਪਈ ਆ ਕਿ ਚੋਰ ਮੈਂ ਤੁਹਾਨੂੰ ਦੱਸਦਾ ਤੁਸੀਂ ਚੋਰ ਫੜੋ ਤੁਸੀਂ ਪੁਲਿਸ ਨਾ ਨੈਵਰ ਐਵਰ ਲੋਕੇਸ਼ਨ ਦੱਸਣ ਦੇ ਬਾਵਜੂਦ ਵੀ ਪੁਲਿਸ ਨੇ ਫਿਰ ਵੀ ਨਹੀਂ ਕੁਛ ਕੀਤਾ ਇਸ ਤੋਂ ਮਾੜੀ ਗੱਲ ਕੀ ਹੋਈ 9 ਤਰੀਕ ਆਈ ਹਜੇ 2 ਦਿਨ ਲੰਘੇ ਨੇ ਟੈਨੈਂਸੀ ਬੋਰਡ ਦੀ ਮੈਨੂੰ ਈਮੇਲ ਆ ਗਈ ਟੈਨੈਂਸੀ ਬੋਰਡ ਦੇ 'ਚ ਕੇਸ ਕਰਤਾ ਲੈਂਡਲੋਰਡ ਨੇ ਉਹਨੇ ਕਰਤਾ ਉਹਨੂੰ ਇੱਦਾਂ ਸੀ ਕਿ ਜਿਹੜੀ ਲੇਡੀ ਸੀ ਉਹ ਡਿਸੀਜ਼ ਹੋ ਗਈ ਮੇਨ ਉਹ ਸੀ ਮਤਲਬ ਉਹਦੇ 'ਚ ਲੀਜ਼ ਦੇ ਵਿੱਚ ਨਾਮ ਸਾਰੀ ਲੀਜ਼ ਓਬਵੀਅਸਲੀ ਮੇਰੇ ਨਾਂ 'ਤੇ ਆ ਗਈ ਬਿਕੋਜ਼ ਜਿਹੜਾ ਮੇਰੇ ਨਾਲ ਦਾ ਮੁੰਡਾ ਸੀ ਉਹਦੇ ਨਾਲ ਲੀਜ਼ ਹੀ ਨਹੀਂ ਸੀ ਅਪਾਰਟਮੈਂਟ ਹੈਗਾ ਸੀ $2200 ਦਾ ਸਾਨੂੰ ਯੂਟੀਲਿਟੀਜ਼ ਪਾ ਕੇ ਤਾਂ ਕਿੰਨਾ ਬਣ ਜਾਣਾ ਸੀ ਅਤੇ ਉਹਨੇ ਲਾਸਟ ਮੰਥ ਵੀ ਨਹੀਂ ਰੈਂਟ ਦਿੱਤਾ ਹੋਣਾ ਅਤੇ ਉਹ ਮੰਥ ਤਾਂ ਚਲ ਹਜੇ ਸਟਾਰਟ ਹੀ ਹੋਇਆ ਸੀ ਉਹਨਾਂ ਨੇ ਜਦੋਂ ਕਾਲ ਕਰਾ ਕੇ ਆਲਮੋਸਟ $7000 ਦੇ ਕੋਲ ਬਿੱਲ ਬਣ ਗਿਆ ਮੈਨੂੰ ਕਹਿੰਦੇ ਪੇ ਕਰ ਮੇਰੇ ਕੋਲ ਹੈ ਨਹੀਂ ਸੀ ਉਦੋਂ ਕਿਉਂਕਿ ਮੈਂ ਹਜੇ PR ਦੀ ਫਾਈਲ ਲੱਗ ਮੈਂ ਕਹਿੰਦਾ ਪਰ ਪੇ ਰਾਂ ਕਿ ਮੈਂ $7000 ਰੱਖੂੰਗਾ ਕਿ ਸਾਡੇ ਕੋਈ ਗੋਰੀ ਮਰੂਗੀ ਮੈਂ $7000 ਦਊਂਗਾ ਮੈਂ ਕਿਹਾ ਭਰਾ ਮੇਰੇ ਕੋਲ ਪੈਸੇ ਨਹੀਂ ਹੈਗੇ ਕਿਉਂਕਿ ਮੈਂ ਤਾਂ ਕਰੋਨਾ ਇੱਥੇ ਜੇ ਚੱਲਦਾ ਪਿਆ ਇੰਡੀਆ 'ਚ ਕਿ ਇੰਡੀਆ 'ਚ ਤਾਂ ਕਰੋਨਾ ਚੱਲਦਾ ਪਿਆ ਮੇਰੇ ਤਾਂ ਡੈਡੀ ਲੇ ਆਫ ਦਿੱਤੇ ਨੇ ਅਤੇ ਉਹ ਕਹਿੰਦੇ ਯੂ ਹੈਵ ਟੂ ਪੇ ਫਲਾਣਾ ਧਮਕਾ ਉੱਧਰੋਂ ਉਹਨਾਂ ਨੇ ਵੀ ਜੂਮ ਮੀਟਿੰਗ ਕਰਤੀ ਟੈਨੈਂਸੀ ਬੋਰਡ ਉੱਧਰ ਵੀ ਮੈਨੂੰ ਜੂਮ 'ਤੇ ਸੱਦ ਲਿਆ ਕਾਲ ਜੀ 'ਤੇ ਮੈਂ ਮਤਲਬ ਉਹਦੇ ਵਿੱਚ ਤਾਂ ਮੈਨੂੰ ਫਿਰ ਪੈਸੇ ਦੇਣੇ ਪਏ ਮੈਂ ਕਿਤੋਂ ਨਾ ਕਿਤੋਂ ਫਾੜ ਧੜ ਕੇ $7000 ਦੇ ਕੇ ਛੁੱਟੇ $7000 ਦੇਣਾ ਪਿਆ ਹੋਰ ਕੋਈ ਆਪਸ਼ਨ ਹੀ ਨਹੀਂ ਸੀ ਫਿਰ ਜ਼ੀਰੋ 'ਤੇ ਉਹ ਮੈਨੂੰ ਤਾਂ ਦੇਣੇ ਪਏ ਕਾਰਨ ਮੈਂ ਉਦੋਂ ਕੇਸ ਕਰ ਪੈਂਦਾ ਮੇਰੀ PR ਦੀ ਫਾਈਲ ਲੱਗੀ ਹੋਈ ਸੀ ਮੈਂ ਕਿਹਾ ਕੁਛ ਨਹੀਂ ਹੁੰਦਾ ਕਿ ਮੈਨੂੰ ਜਦੋਂ PR ਲੈ ਲਾ ਆਪਾਂ ਹੋਰ ਕਮਾ ਲਾਂਗੇ ਦੁੱਖ ਪਤਾ ਕਿਹੜੀ ਗੱਲ ਦੇ ਆ ਜਿਹੜਾ ਪੈਸੇ ਮੇਰੇ ਆਪਦੇ ਵੀ ਸੀ ਉਹ ਮੇਰੀ ਭੈਣ ਦੇ ਵਿਆਹ ਵਾਸਤੇ ਸੀ ਕਿਉਂਕਿ ਮੇਰੀ ਭੈਣ ਦਾ ਵਿਆਹ ਧਰਿਆ ਪਿਆ ਸੀ ਮੇਰੀ ਭੈਣ ਦਾ ਵਿਆਹ ਦਸੰਬਰ 'ਚ ਕਰਨਾ ਸੀ ਫਿਰ ਉਹਦੇ ਕਰਕੇ ਇਸਨੇ ਵਿਆਹ ਥੋੜ੍ਹਾ ਜਿਹਾ ਫਰਵਰੀ 'ਚ ਕਰਤਾ ਅਤੇ ਜਦ ਮੇਰੀ PR ਵੀ ਆ ਗਈ ਮੈਂ ਇੱਥੇ ਆ ਕੇ ਫਾਈਨੈਂਸ਼ੀਅਲ ਇੰਡਸਟਰੀ 'ਚ ਕੰਮ ਸਟਾਰਟ ਕਰ ਲਿਆ ਅਤੇ ਨਾਲ ਨਾਲ ਸਿਕਿਉਰਟੀ ਕੀਤੀ ਦੈਨ ਇੰਡੀਆ ਗਿਆ 3 ਮਹੀਨੇ ਲਗਾ ਕੇ ਆਇਆ ਸੀ ਮੈਂ ਉਹਦੀ ਭੈਣ ਦਾ ਵਿਆਹ ਕੀਤਾ ਅਤੇ ਭੈਣ ਦੇ ਵਿਆਹ ਤਾਂ ਓਬਵੀਅਸਲੀ ਬੰਦਾ ਮਾਈਨਸ 'ਚ ਹੀ ਆਊਗਾ ਵਾਪਸ ਲਾਸਟ ਈਅਰ ਦੀ ਗੱਲ ਹੀ ਆ ਮੈਂ ਆਇਆ ਸੀ 31 ਮਾਰਚ ਨੂੰ ਮੈਂ ਆਇਆਂਗਾ ਆ ਕੇ ਆਪਦੀ ਫਾਈਨੈਂਸ਼ੀਅਲ ਇੰਡਸਟਰੀ 'ਚ ਕੰਮ ਸਟਾਰਟ ਕੀਤਾ ਅਤੇ ਨਾਲ ਨਾਲ ਸਿਕਿਉਰਟੀ ਕਰੀ ਨਾਲ ਸਟੋਰ 'ਤੇ ਕੰਮ ਕੀਤਾ ਅਤੇ ਨਾਲ ਨਾਲ PSW ਦਾ ਕੋਰਸ ਸਟਾਰਟ ਕਰ ਲਿਆ ਬਿਕੋਜ਼ ਗੌਰਮੈਂਟ ਨੇ ਲਾਸਟ ਈਅਰ ਅਨਾਊਂਸ ਕਰਤਾ ਸੀ ਫ੍ਰੀ ਆ PR ਹੋਲਡਰਾਂ ਲਈ ਜਿੱਥੇ ਮੈਨੂੰ ਲੱਗਿਆ ਆਪਾਂ ਕਰਤੇ ਐਟ ਦੀ ਮੋਮੈਂਟ ਇੰਨਾ ਕੁ ਪੈਸਾ ਹੈਗਾ ਗਾ ਕਿ ਮੈਂ ਸਾਲ ਕੰਮ ਕਰਾਂ ਚਾਹੇ ਨਾ ਕਰਾਂ ਥੈਂਕ ਯੂ ਕੈਨੇਡਾ ਨੂੰ ਸਿਸਟਮ ਹੈਗਾ ਗਾ ਅਪੋਰਚੁਨਿਟੀਜ਼ ਹੈਗੇ ਨੇ ਲੋਕ ਕਹਿੰਦੇ ਨੇ ਕੈਨੇਡਾ ਇਜ਼ ਦਾ ਲੈਂਡ ਆਫ ਅਪੋਰਚੁਨਿਟੀਜ਼ ਬਹੁਤ ਨੇ ਤੁਸੀਂ ਦੇਖਣ ਵਾਲੇ ਬਣੋ ਮੈਨੂੰ ਲੱਗਦਾ ਦੁਨੀਆ ਦੇ ਉੱਤੇ ਹਰ ਇੱਕ ਜੰਗਲ 'ਚ ਵੀ ਚੱਲ ਜਾਓ ਉੱਥੇ ਵੀ ਅਪਰਚੁਨਿਟੀ ਲੱਭਣ ਵਾਲੀ ਦੀ ਅੱਖ ਚਾਹੀਦੀ ਹੈ ਆਹੀ ਗੱਲ ਆ ਕਿਤੇ ਮੈਨੂੰ ਤਾਂ ਜਿੱਥੇ ਮਰਜ਼ੀ ਭੇਜੋ ਮੈਂ ਕੰਮ ਲੱਭ ਲੂੰਗਾ ਮੇਰਾ ਕੰਮ ਮੈਨੂੰ ਕਈ ਲੋਕ ਕਹਿੰਦੇ ਨੇ ਕਿ ਮੈਨੂੰ ਜਿਹੜਾ ਤੋਂ ਕੰਮ ਕਰਦਾ ਨਹੀਂ ਚੱਲਦਾ ਮੈਂ 1 ਦਸੰਬਰ ਨੂੰ ਮੈਨੇ ਆਪਦਾ ਬਿਜ਼ਨਸ ਸਟਾਰਟ ਕੀਤਾ ਸੀ ਰਜਿਸਟਰ ਵੈਸੇ ਮੇਰਾ ਨਵੰਬਰ 'ਚ ਹੀ ਹੋ ਗਿਆ ਸੀ ਲੀਗਲੀ ਮੇਰਾ ਬਿਜ਼ਨਸ ਆ ਔਨਲਾਈਨ ਉਹਦੀ ਵੈਬਸਾਈਟ ਆਹ ਵੀਕਐਂਡ ਤੱਕ ਲਾਂਚ ਹੋ ਜਾਣੀ ਆ ਉਹਦਾ ਹੈਗਾ onlymanjinder.com ਆ ਉਹਦੇ ਉੱਤੇ ਕੀ ਆ ਜਿੰਨੀਆਂ ਵੀ ਗਿਫਟ ਆਈਟਮਸ ਹੋਣਗੀਆਂ ਮੈਨ ਲਈ ਜਿੱਦਾਂ ਜੈਂਟਸ ਦੇ ਸਨ ਗਲਾਸਿਸ ਹੋ ਗਈਆਂ ਵਾਲਟਸ ਹੋ ਗਏ ਟਾਈਆਂ ਹੋ ਗਈਆਂ ਬੈਲਟਸ ਹੋ ਗਈਆਂ ਬੱਚਿਆਂ ਦੇ ਕੱਪੜੇ ਹੋ ਗਏ ਲੇਡੀਜ਼ ਦੀ ਜਵੈਲਰੀ ਹੋ ਗਈ ਅਲਟਰੇਸ਼ਨ ਸਟਿਚਿੰਗ ਮਤਲਬ ਸਾਰਾ ਕੰਬਾਈਨ ਕਰਕੇ ਮੈਨੇ ਇੱਕ ਵੈਬਸਾਈਟ ਬਣਾ ਤੀ ਅਤੇ ਕਈ ਲੋਕ ਜਿਹੜੇ ਮੈਨੂੰ ਟਿਕਟੋਕ ਤੋਂ ਫੋਲੋ ਕਰਦੇ ਨੇ ਉਹ ਮੈਨੂੰ ਇਨ ਪਰਸਨਲੀ ਵੀ ਮਿਲ ਜਾਂਦੇ ਨੇ ਜਾਂ ਫਿਰ ਨਾ ਉਹ ਵਟਸਐਪ 'ਤੇ ਮੈਸੇਜ ਕਰਦੇ ਮੇਰੇ ਸਾਨੂੰ ਆਹ ਚੀਜ਼ ਚਾਹੀਦੀ
मेरी मार्च के प्लेसमेंट लग गई ऑलरेडी, तो अप्रैल च मेरी एक डिग्री होर हो जानी है कनेडा दे विच। मतलब सारा कुछ हो जाता, बंदा करना चाहिए गा, मेहनत करने वाला बंदा, मेहनत चाहिए, मैंटली टफ होना पैना गा। एक गल मैं कहना गा, आपके माँ प्यो की सुन लो, कई बार जो माँ प्यो गलत नहीं तो नब की सुन लो, सिंपल। बिल्कुल जरूरी नहीं कि हर बार अपने माँ प्यो सही होंगे, आ मैं गल कह दिना गा। आई नो वो अपने लिए चंगा सोचते हैं, बट उन्होंने कनेडा बारे नहीं पता है। जो ताडे भैन भरा जो साडे जो वीर जो साडे भैन सुन रही ने जिन्होंने कैनेडा दे विच आउण बारे सोचा है, जेकर जेकर तुसीं कैनेडा आना गा पहला ही प्रपेयर हो जाओ। जिहड़े तुहाडे पिंड दे ने उन्होंने सानूं एयरपोर्ट तो लैके आना गा, उन्होंने सानूं थोड़ा जिहा गाइड कर देना गा। ईवन एट डे वन तो कई तो इत्थे पहले ही कह देणगे तुसीं गड्डी लै लो, तुसीं कहिंदे ने लैपटॉप महंगा लै लो, कख ना लवो, कहिंदा सारा कुछ आपदी जेब देखो, देखो तुहाडे माँ प्यो ने कीवें भेजा गा। जिन्ना कि मैनूं पता मोस्टली आपां मिडल क्लास फैमिलीज़ तो आने, सराहणियां थले नोट नहीं पाए होंदे हैगे। इत्थे आवो, सारे तो बेस्ट चीज़ आ बैंक च जदों जाने हो, जिहड़ा तुहाडा मेन बैंक अकाउंट आ उन्होंने कहो मेरे बैंक अकाउंट का बेनीफिशरी कौन आ। रब ना करे कल मैनू कुछ हो गया, जिन्ना मेरा जी आई सी का पैसा आगा, मेरा आपदा पैसा आगा, वह पैसा कितने जाऊगा। आपके माँ प्यो बेनीफिशरी जरूर पवाओ वो, बिकॉज कल जो आपको कुछ हो गया इन्होंने बैंक अकाउंट सीज कर देने, वो पैसा बैंक को रह जाना। आपदे आप प्रोटैक्ट करो, मैं भी फाइनैशियल इंडस्ट्री ने करता, आप लोगों को प्रोटैक्ट करते हैं, आप इंश्योरेंसा करते हैं हर तरह की, बच्चे की आप लाइफ इंश्योरेंस करते हैं, टर्म कर दें, मैं सुपर वीज़ा की करदा, विजिटर वीज़ा की करदा गा, आप आर ई एस पी करते हैं, आर आर एस पी करते हैं, टी एफ, जितनी भी फाइनैशियल नीड्स ने कैनेडा दिया, मेरे को ओंटेरियो गवर्नमेंट का लाइसेंस है गा। सो आपदे आप प्रोटैक्ट जरूर करो, रीज़न कि आप कह दें आप अपने माँ प्यो बहुत ज़्यादा प्यार करते हैं, बट रब ना करे कल आप पिक्चर च ना रहे की होगा, बिकॉज आ मोमेंट से जो टाइम से आप है अपने बहुत ज़्यादा जिम्मेवारियां ने। जिन्हें नवे आ रहे हो जेकर तुम सोच रहे इतने चैलेंजर तो रेगुलर आ लेनिया ने, आओ लै भी लवोंगे, कोई औखे नहीं, इतने दवा देने, इतने बहुत सू डीलर ठगन वाले बैठे ने, उन्होंने सू दवा देनी, अप्रूव भी करा देनी है, बट कल पे कौन करेगा, सात सात साल दिया किस्तान ने, जिहड़ा पहला आने सारा बड़े खर्चे पै गया वो बंदा फिर लॉन्ग टर्म लिए फिर बेसमेंट च रहा, बिकॉज घर नहीं अफोर्ड कर सकता। घर अफोर्ड कर ली अपनी पंजाबी कम्यूनिटी जेडे ऑलरेडी इतने आए हुए, मैं उन्होंने भी कहूँगा थोड़े बच्चों के जोड़े पैसे मिलते हैं वो गड्डिया किस्तान ना भरो, आपके बच्चों की आर ई एस पी जरूर करवावो, क्योंकि की आ 18 साल तक जवाकों फ्री सरकार ने पढ़ा देना गा, बट 19वें साल तो जेकर थोड़े बच्चे ने यूनीवर्सिटी जाना, यूनीवर्सिटी का खर्चा लख डेढ़ लख डालर एट दी मोमेंट फ्यूचर से बदना गा। सो कृपा करके जो बच्चे के पैसे ने बच्चे लिए तुसी इन्वेस्ट करो, बच्चे लिए सेव करो, फरले ना डावो। जोड़े नवे आ रहे हैं तुसी माड़ा हाथ कुट के चलो, सारी पंजाबी कम्यूनिटी को हाथ जोड़ के बेनती करदा, आई नो आप बहुत हार्डवर्किंग आ, गोरे घट काम करते हैं, बट स्टिल दे आर इंजॉइंग देयर लाइफ, वाई आप नहीं करते पे, बिकॉज अपने चाहे ट्रैजडी आ कि आप पहला खर्चते हैं फिर सेव करते हैं, बाकी कम्यूनिटी वाले की करते हैं पहला कमाते हैं ਉਹ ਚੋਂ ਸੇਵ ਕਰਦੇ ਨੇ, ਜਿਹੜੇ ਸੇਵ ਕਰਨ ਤੋਂ ਬਾਅਦ ਚੋਂ ਖਰਚਦੇ ਨੇ। ਆ ਚੀਜ਼ ਕਿਹੜੀਆਂ ਕਮਿਊਨਿਟੀਆਂ ਨੇ ਜਿਹੜੀਆਂ ਇੱਦਾਂ ਕਰਦੀਆਂ ਨੇ ਅਦਰ ਦੈਨ ਜੂਸ ਤੋਂ ਬਿਨਾਂ, ਹੋਰ ਕਿਹੜੀ ਜੂਸ ਕਮਿਊਨਿਟੀ ਜੇ ਲਾ ਲਈ ਉਹ ਗੋਰੇ ਕਿੰਨੀ ਕਰਦੇ ਨੇ ਸੇਵਿੰਗ? ਗੋਰੇ ਵੀ ਕਰਦੇ ਨੇ, ਗੋਰਿਆਂ ਜੇਕਰ ਆਪਾਂ ਗੱਲ ਕਰੀਏ ਸਾਰੇ ਗੋਰਿਆਂ, ਜਿੰਨੇ ਮੈਂ ਗੋਰਿਆਂ 'ਚ ਰਿਹਾਗਾ, ਪਿੰਡ ਵਾਲਿਆਂ ਨੂੰ ਛੱਡ ਕੇ ਇੱਥੇ ਲੋਕਲ ਵਾਲਿਆਂ ਨੂੰ ਦੱਸਿਓ, ਇੱਥੇ ਲੋਕਲ ਮੇਰੇ ਗੋਰਿਆਂ ਨਾਲ ਕੋਈ ਇੰਨੇ ਕੋਈ ਕਦੇ ਮੇਰੀ ਗੱਲ ਨਹੀਂ ਹੋਈ ਹੈਗੀ, ਬਿਕੋਜ਼ ਮੈਂ ਤਾਂ ਬ੍ਰੈਂਪਟਨ 'ਚ ਜਿੱਧਰ ਦੇਖਾ ਪੰਜਾਬੀ ਪੰਜਾਬੀ ਦਿਖਦਾ ਗਾ, ਤਾਂ ਪਿੰਡ ਵਾਲੇ ਬ੍ਰੈਂਪਟਨ 'ਚ ਮੈਂ ਕਦੇ ਨਹੀਂ ਦੇਖਿਆ, ਇੱਥੇ ਮੇਰੀ ਕਾਲਿਆਂ ਨਾਲ ਜ਼ਰੂਰ ਗੱਲਬਾਤ ਹੋਈ ਆ, ਅਤੇ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਦਾ ਥੋੜ੍ਹਾ ਮਾਈਂਡਸੈਟ ਡਿਫਰੈਂਟ ਆ, ਬਿਕੋਜ਼ ਉਹਨਾਂ ਦੀ ਮੈਰਿਜਸ ਵੀ ਕਈ ਕਈ ਕਰਾਈਆਂ ਹੁੰਦੀਆਂ ਨੇ, ਇੱਕ ਦੋ ਇੱਥੇ ਨੇ, ਇੱਕ ਦੋ ਉਹਨਾਂ ਦੀ ਆਪਦੀ ਕੰਟਰੀ 'ਚ ਨੇ, ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਜਵਾਕ ਜੱਲੇ ਦਾ, ਬਟ ਆਪਣੀ ਵਾਲੀ ਕਮਿਊਨਿਟੀ ਆ, ਆਪਣੇ ਵਾਲੇ ਤਾਂ ਕਹਿੰਦੇ ਨੇ ਦਾਦੇ ਪੜਦਾਦੇ ਹੋ ਕੇ ਵੀ ਸੋਚਦੇ ਨੇ ਕਿ ਸਾਡੇ ਪੜਪੋਤੇ ਦਾ ਆਹ ਹੋ ਜਾਏ, ਕੁਛ ਬੈਟਰ ਹੋ ਜਾਏ, ਸਾਡੀ ਕਮਿਊਨਿਟੀ ਜਿਹੜੀ ਆ ਦੁਨੀਆ ਦੀ ਦਾ ਬੈਸਟ ਕਮਿਊਨਿਟੀ, ਬੈਸਟ ਕਮਿਊਨਿਟੀ ਆ, ਅਸੀਂ ਆਲਵੇਜ਼ ਆਪਣੇ ਫਿਊਚਰ ਦਾ ਅਤੇ ਆਪਣੇ ਬੱਚਿਆਂ ਦਾ ਸੋਚਦੇ ਹਾਂ, ਬਟ ਇੱਕ ਚੀਜ਼ ਜ਼ਰੂਰ ਮਾੜੀ ਹੈ, ਸਾਡੀ ਨਸਲ ਨੂੰ ਖਰਾਬ ਕਰਨ ਦੇ ਲਈ ਸਾਡੇ ਮਿਊਜ਼ਿਕ ਨੂੰ ਖਰਾਬ ਕੀਤਾ ਗਿਆ, ਜੋ ਕੁਛ ਗੋਰਿਆਂ ਨੇ ਕਾਲਿਆਂ ਦੇ ਨਾਲ ਕੀਤਾ ਸੀ, ਜੋ ਕੁਛ ਗੋਰਿਆਂ ਨੇ ਕਾਲਿਆਂ ਨਾਲ ਕੀਤਾ ਸੀ, ਉਹਨਾਂ ਦੇ ਮਿਊਜ਼ਿਕ ਦੇ ਵਿੱਚ ਡਰੱਗ ਲਸਟ ਅਤੇ ਹਥਿਆਰ ਪਾਤੇ ਗਏ, ਅੱਜ ਦੇਖ ਲਓ ਸਾਡੇ ਤਿੰਨੇ ਚੀਜ਼ਾਂ ਸਾਡੇ ਵਿੱਚ ਆ, ਪੁਰਾਣੇ ਗਾਣੇ ਸੁਣ ਲਓ ਅੱਜ ਦੇ ਗਾਣੇ ਸੁਣ ਲਓ, ਇਹਨਾਂ ਦੇ ਵਿੱਚ ਇੱਕ ਡਿਫਰੈਂਸ ਆ। ਬਾਕੀ ਤੁਹਾਡਾ ਤੁਸੀਂ ਸਟੂਡੀਓ ਪਹੁੰਚੇ, ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮਿਲਦੇ ਰਹਾਂਗੇ ਔਰ ਆਪਣੀ ਕਮਿਊਨਿਟੀ ਦੇ ਰਿਲੇਟਿਵਸ ਲੈ ਕੇ ਆਉਂਦੇ ਰਹਾਂਗੇ। ਓਕੇ, ਥੈਂਕ ਯੂ, ਧੰਨਵਾਦ ਜੀ।